ਸੋ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਸੰਘਰਸ਼ ਜਾਰੀ ਹੈ ਤਾਂ ਦੂਜੇ ਪਾਸੇ ਕੇਂਦਰੀ ਖੇਤੀਬਾੜੀ ਮੰਤਰੀ ਨੇ ਇੱਕ ਵਾਰੀ ਮੁੜ ਤੋਂ ਜਿਹੜੀ ਹੈ ਕਿਸਾਨ ਜਥੇਬੰਦੀਆਂ ਨੂੰ ਚਿੱਠੀ ਲਿਖੀ ਹੈ ਖੁੱਲੀ ਚਿੱਠੀ ਲਿਖੀ ਹੈ 8 ਪੰਨਿਆਂ ਦੀ ਇਹ ਚਿੱਠੀ ਹੈ ਕਈ ਚੀਜ਼ਾਂ ਦਾ ਜ਼ਿਕਰ ਉਹਨਾਂ ਨੇ ਕੀਤਾ ਹੈ ਦੂਜੇ ਪਾਸੇ ਮਸਲਾ ਸੁਪਰੀਮ ਕੋਰਟ ਦੇ ਵਿੱਚ ਵੀ ਹੈ ਸਾਡਾ ਸਰਵਣ ਸਿੰਘ ਪੰਧੇਰ ਜੀ ਮੌਜੂਦ ਨੇ ਨਾਲ ਗੱਲਬਾਤ ਕਰਦੇ ਹਾਂ ਕਿ ਚਿੱਠੀ ਉਹਨਾਂ ਤੱਕ ਪਹੁੰਚੀ ਹੈ ਪੰਧੇਰ ਸਾਹਿਬ ਸਭ ਤੋਂ ਪਹਿਲਾਂ ਚਿੱਠੀ ਆਈ ਹੈ ਮੰਤਰੀ ਸਾਹਿਬ ਦੀ ਪਹੁੰਚੀ ਹੈ ਤੁਹਾਡੇ ਕੋਲ ਕਹਿ ਰਹੇ ਨੇ ਕਿ ਗੁੰਮਰਾਹ ਕਰਤੇ ਗਏ ਨੇ ਕਿਸਾਨ ਮੈਨੂੰ ਲੱਗਦਾ ਵੀ ਤੋਮਰ ਜੀ ਖੁਦ ਗੁੰਮਰਾਹ ਹੋਏ ਨੇ ਕਿਉਂਕਿ ਜਿੰਨਾ ਕਾਰਪੋਰੇਟ ਘਰਾਣਿਆਂ ਦਾ ਦਬਾਅ ਆ ਤੇ ਸ਼ਾਇਦ ਮੈਨੂੰ ਨਹੀਂ ਲੱਗਦਾ ਉਹ ਆਪਣੀ ਪਾਰਟੀ ਦਾ ਸਿਆਸੀ ਨੁਕਸਾਨ ਇੰਨਾ ਚਾਹੁੰਦੇ ਹੋਣਗੇ ਪਰ ਜਿੰਨਾ ਕਾਰਪੋਰੇਟ ਘਰਾਣਿਆਂ ਦਾ ਦਬਾਅ ਆ ਵਿਸ਼ਵ ਭਾਰ ਸੰਸਥਾ ਦਾ ਦਬਾਅ ਆ ਤੇ ਮੈਨੂੰ ਲੱਗਦਾ ਉਹਨਾਂ ਕਾਰਪੋਰੇਟ ਘਰਾਣਿਆਂ ਨੇ ਪ੍ਰਧਾਨ ਮੰਤਰੀ ਸਮੇਤ ਕ੍ਰਿਸ਼ੀ ਮੰਤਰੀ ਨੂੰ ਗੁੰਮਰਾਹ ਕਰ ਰੱਖਿਆ ਵਾ ਅਸੀਂ ਬਿਲਕੁਲ ਸ਼ਿਓਰ ਹਾਂ ਖੇਤੀ ਦੇ ਕਾਨੂੰਨਾਂ ਬਾਰੇ ਅਤੇ ਸਾਡਾ ਕੋਈ ਮੁਤਾਲਕਾ ਨਹੀਂ ਹੈਗਾ ਇਹਦੇ ਪ੍ਰਤੀ ਉਹਨਾਂ ਨੇ ਇੱਕ ਚਾਰਟ ਬਣਾਇਆ ਹੋਇਆ ਸੀ ਉਹਦੇ 'ਚ ਲਿਖਿਆ ਹੋਇਆ ਸੀ ਇੱਕ ਪਾਸੇ ਝੂਠਾ ਪ੍ਰਚਾਰ ਦੂਜੇ ਪਾਸੇ ਸੱਚ ਕੀ ਹੈ ਉਹਦੇ ਵਿੱਚ ਉਹ ਲਿਖਦੇ ਨੇ ਕਿ APMC MSP ਨੂੰ ਲੈ ਕੇ ਜਿਹੜਾ ਭਰਮ ਹੈ ਕਿ ਖਤਮ ਹੋ ਜਾਏਗੀ ਮੰਡੀਆਂ ਖਤਮ ਹੋ ਜਾਣਗੀਆਂ ਉਹ ਕਹਿੰਦੇ ਖਤਮ ਨਹੀਂ ਕਰਾਂਗੇ MSP 'ਤੇ ਭਰੋਸਾ ਦੇਣ ਨੂੰ ਵੀ ਤਿਆਰ ਹਾਂ ਇੱਕ ਦੂਜੀ ਇਹਨਾਂ ਨੇ ਲਾਈਨ ਦੇ ਨਾਲ ਮੈਂ ਜੋੜ ਦੇਵਾਂ ਉਹ ਕਹਿੰਦੇ ਨੇ ਕਿ ਕੰਟਰੈਕਟ ਫਾਰਮਿੰਗ ਜਦੋਂ ਹੋਏਗੀ ਤਾਂ ਤੁਹਾਡੀ ਫਸਲ ਖੋਲ੍ਹੀ ਜਾਏਗੀ ਇਹ ਭਰਮ ਫੈਲਾਇਆ ਜਾ ਰਿਹਾ ਪਰ ਉਹ ਕਹਿੰਦੇ ਕਾਨੂੰਨ 'ਚ ਲਿਖਿਆ ਹੋਇਆ ਹੈ ਕਿ ਸਮਝੌਤਾ ਜਿਹੜਾ ਹੈ ਉਹ ਸਿਰਫ ਫਸਲ ਨੂੰ ਲੈ ਕੇ ਹੋਏਗਾ ਜ਼ਮੀਨ ਨੂੰ ਲੈ ਕੇ ਕੁਝ ਆਹ ਦੇਖੋ ਜਿਹੜੇ ਸਾਰੇ ਇਹਨਾਂ ਦੇ ਵੀ ਸਾਡੇ ਵਾਸਤੇ ਤਾਂ ਭਰੋਸਾ ਖੇਤੀ ਦੇ ਕਾਨੂੰਨ ਵਾਪਸ ਲੈ ਲੈਣ ਠੀਕ ਹੈ ਜੀ ਉਹ ਇਹੀ ਜਿਹੀ ਚਿੱਠੀ ਕਾਰਪੋਰੇਟ ਘਰਾਣਿਆਂ ਦੇ ਭਰੋਸੇ ਦਰੂ ਲਿਖ ਕੇ ਦੇ ਦੇਣ ਸਾਨੂੰ ਕੀ ਤਰ੍ਹਾਂ ਜਾਊ ਕਾਰਪੋਰੇਟ ਘਰਾਣਿਆਂ ਲਈ ਖੇਤੀ ਦੇ ਕਾਨੂੰਨ ਅਤੇ ਸਾਨੂੰ ਲਿਖਤੀ ਚਿੱਠੀ ਭਰੋਸਾ ਇਹ ਤਾਂ ਬਣਦੀ ਨਹੀਂ ਹੈਗੀ ਗੱਲ ਪਰ ਮੈਨੂੰ ਲੱਗਦਾ ਜਦੋਂ ਜ਼ਮੀਨਾਂ ਸਿੱਧੀਆਂ ਨਹੀਂ ਕਿਸੇ ਨੇ ਖੋਣੀਆਂ ਹੁੰਦੀਆਂ ਉਹ ਖੇਤੀ ਉਪਜ ਨੂੰ ਲੈ ਕੇ ਸਮਝੌਤੇ ਹੁੰਦੇ ਆ ਮਤਲਬ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਛੋਟੇ ਬਾਣੀਆਂ ਕੋਲ ਕਿਸਾਨ ਸਾਡੇ ਕਰਜ਼ਾ ਲੈਂਦੇ ਨੇ ਅਤੇ ਉਹ ਕਰਜ਼ਾ ਉਪਜ ਕਰਕੇ ਲੈਂਦੇ ਨੇ ਉਹ ਕਰਜ਼ੇ ਦੇ ਫਿਰ ਥੱਲੇ ਨੱਪੇ ਜਾਂਦੇ ਨੇ ਜਦੋਂ ਕਰਜ਼ਾ ਲੱਥਦਾ ਨਹੀਂ ਫਿਰ ਉਹ ਬਾਣੀਆਂ ਜਿਹੜਾ ਉਹ ਜ਼ਮੀਨ ਲਿਖਾ ਲੈਂਦਾ ਅਤੇ ਐਂ ਜਿਵੇਂ ਸਾਡੇ ਕਿਸਾਨ ਆ ਬੇਜ਼ਮੀਨੇ ਹੁੰਦੇ ਨੇ ਜਦੋਂ ਕਾਰਪੋਰੇਟ ਘਰਾਣੇ ਆਉਣਗੇ ਕਾਨੂੰਨਾਂ ਵਿੱਚ ਪ੍ਰਾਵਧਾਨ ਹੈ ਵੀ ਉਹ ਖਾਦਾਂ ਵੀ ਦੇਣਗੇ ਦਵਾਈਆਂ ਵੀ ਦੇਣਗੇ ਖੇਤੀ ਮਸ਼ੀਨਰੀ ਵੀ ਦੇਣਗੇ ਖੇਤੀ ਤਕਨੀਕ ਵੀ ਦੇਣਗੇ ਅਤੇ ਪੈਸਾ ਵੀ ਦੇਣਗੇ ਹੁਣ ਜਦੋਂ ਸਾਰਾ ਉਹਦੇ ਕੋਲ ਕਾਰੋਬਾਰ ਹੋਊਗਾ ਅਤੇ ਕਿਸਾਨ ਦਾ ਸਾਨੂੰ ਪਤਾ ਵਾ ਵੀ ਇਹਦੇ ਕਰਜ਼ਾ ਚੜ੍ਹਨਾ ਚੜ੍ਹਨਾ ਪਹਿਲੋ ਕਰਜ਼ਾ ਉਹ ਜਦੋਂ ਕਰਜ਼ੇ ਦੇ ਮੱਕੜ ਜਾਲ 'ਚ ਫਸਣਗੇ ਅਤੇ ਕਾਰਪੋਰੇਟ ਨੂੰ ਜ਼ਮੀਨਾਂ ਸੁੱਟਣੀਆਂ ਪੈਣੀਆਂ ਵਾ ਅਤੇ ਜਦੋਂ ਕੰਟੈਕਟ ਕਿਸਾਨ ਆਪ ਕਰ ਜੂ ਉਹਨਾਂ ਨਾਲ 30 ਸਾਲ ਦਾ 50 ਸਾਲ ਦਾ ਅਤੇ ਮੰਨ ਲਓ ਫਸਲਾਂ ਰੁਣ ਡੈ ਪਈਆਂ ਭਾਅ ਪੂਰਾ ਨਾ ਮਿਲਿਆ ਠੀਕ ਹੈ ਜੀ ਅਤੇ ਉਹ ਕਹਿਣਗੇ ਸਾਡਾ ਕਰਜ਼ਾ ਦੇ ਦੇ ਇਹ ਕਹੂਗਾ ਕਰਜ਼ਾ ਤਾਂ ਹੈ ਨਹੀਂ ਫਿਰ ਜ਼ਮੀਨ ਲੈ ਲਓ ਅਤੇ ਢੰਗ ਤਰੀਕੇ ਉਹਦੇ ਵਿੱਚ ਆਹ ਨੇ ਠੀਕ ਹੈ ਉਹ ਤਾਂ ਕਹਿ ਰਹੇ ਨੇ ਕਿ ਜਦੋਂ ਤੋਂ ਅਸੀਂ ਕਾਨੂੰਨ ਲਾਗੂ ਕੀਤੇ ਹੈ ਉਸ ਦੇ ਦੌਰਾਨ ਅਸੀਂ MSP ਦੇ ਵਿੱਚ ਉਸੇ ਤਰੀਕੇ ਨਾਲ ਵਾਅਦਾ ਕੀਤਾ ਜਿਵੇਂ ਪਹਿਲਾਂ ਸਰਕਾਰ ਕਰਦੀ ਹੁੰਦੀ ਸੀ ਅਤੇ ਉਸੇ MSP ਦੇ ਉੱਤੇ ਅਸੀਂ ਫਸਲ ਵੀ ਖਰੀਦੀ ਹੈ ਫਿਰ ਇਹ ਗੱਲ ਕਿਉਂ ਹੈ ਕਿ ਖਤਮ ਹੋ ਜਾਏਗੀ ਦੇਖੋ MSP ਤੇ ਖਤਮ ਹੋਣ 'ਤੇ ਕਦੀ ਰੌਲਾ ਨਹੀਂ ਪਾਇਆ ਅਸਲ ਵਿੱਚ ਸਰਕਾਰ ਦੀ ਸਰਕਾਰੀ ਪ੍ਰੋਕਿਓਰਮੈਂਟ ਖਰੀਦ ਵੀ ਸਰਕਾਰੀ ਖਰੀਦ ਆ ਪੂਰੇ ਦੇਸ਼ ਵਿੱਚ ਤਾਂ ਸਰਕਾਰੀ ਖਰੀਦ ਨਹੀਂ ਹੈਗੀ ਉਹਨਾਂ ਦਾ ਆਪਦਾ UP ਸਟੇਟ ਉੱਥੇ 800-900 ਰੁਪਏ ਨੇ ਝੋਨਾ ਰਕੀ ਲੁੱਟ ਕੇ ਪੰਜਾਬ ਦੀ ਮੰਡੀ ਵਿੱਚ ਵੇਚਿਆ ਗਿਆ ਉਹ ਦੱਸਣ ਵੀ UP ਦੇ ਕਿਸਾਨਾਂ ਕੋਲ ਪੁੱਛ ਲੈਣ ਵੀ ਤੁਹਾਡਾ ਝੋਨਾ ਕੀ MSP ਦੇ ਰੇਟ 'ਤੇ ਵੇਚਿਆ ਗਿਆ ਉੱਥੇ ਤਾਂ ਵਿਕਿਆ ਨਹੀਂ ਇਵੇਂ ਸਾਰੇ ਸੂਬਿਆਂ ਵਿੱਚ ਹੋ ਰਿਹਾ ਤੋ ਇਸ ਕਰਕੇ ਉਹਨਾਂ ਦੇ ਦਾਅਵਿਆਂ ਵਿੱਚ ਕੋਈ ਹਕੀਕਤ ਨਹੀਂ ਹੈਗੀ ਅੱਛਾ ਇੱਕ ਮੰਡੀ ਨੂੰ ਲੈ ਕੇ ਜ਼ਿਕਰ ਕਰਦੇ ਨੇ ਉਹ ਕਹਿੰਦੇ ਨੇ ਵੀ ਪੰਜਾਬ ਅਤੇ ਹਰਿਆਣੇ ਦੇ ਕਿਸਾਨ ਇਸ ਲਈ ਵਿਰੋਧ ਵਿੱਚ ਆਉਂਦੇ ਨੇ ਮੰਡੀ ਸਿਸਟਮ ਪੰਜਾਬ ਦਾ ਸਭ ਤੋਂ ਬਿਹਤਰ ਮੰਨਿਆ ਗਿਆ ਹਿੰਦੁਸਤਾਨ 'ਚ ਹਰਿਆਣੇ ਦਾ ਵੀ ਚੰਗਾ ਮੰਨਿਆ ਜਾ ਰਿਹਾ ਉਹ ਕਹਿੰਦੇ ਬਾਕੀ ਮੁਲਕ 'ਚ ਮੰਡੀ ਸਿਸਟਮ ਹੈ ਨਹੀਂ ਅਸੀਂ ਚਾਹੁੰਦੇ ਹਾਂ ਕਿ ਕਾਰਪੋਰੇਟ ਦੀ ਇਨਵੈਸਟਮੈਂਟ ਕਰਾ ਕੇ ਮੰਡੀਆਂ ਬਣਾਈਆਂ ਜਾਣ ਤਾਂ ਜੋ ਜਿਹੜੇ ਦੇਸ਼ ਦੇ ਬਾਕੀ ਹਿੱਸੇ ਦੇ ਜਿਹੜੇ ਕਿਸਾਨ ਨੇ ਉਹ ਵੀ ਕਵਰ ਹੋਣ ਇਹਦੇ ਵਿੱਚ ਕੀ ਤੁਹਾਨੂੰ ਗਲਤ ਨਜ਼ਰ ਆਉਂਦਾ ਕਾਰਪੋਰੇਟ ਜਿਹੜੇ ਵੀ ਖੇਤਰ 'ਚ ਗਿਆ ਵਾ ਜਿਹਦੇ 'ਚ ਨਿਵੇਸ਼ ਕੀਤਾ ਪਾਵਰ ਸੈਕਟਰ ਹੋਵੇ ਉਹ ਖਤਮ ਹੋ ਗਿਆ ਹੁਣ ਇਹਨਾਂ ਨੇ ਭਾਰਤ ਪੈਟਰੋਲੀਅਮ ਵਿੱਚ ਨਿਵੇਸ਼ ਕਰਾ ਲਿਆ ਠੀਕ ਆ ਡਿਫੈਂਸ ਵਿੱਚ ਨਿਵੇਸ਼ ਕਰਾ ਲਿਆ ਭਾਰਤ ਕੁਕਿੰਗ ਕੋਲ 'ਚ ਜਿਹੜੇ ਖੇਤਰਾਂ 'ਚ ਕਾਰਪੋਰੇਟ ਨੇ ਨਿਵੇਸ਼ ਕੀਤਾ ਅਤੇ ਉਹ ਉਹਨਾਂ ਦੀ ਨਿੱਜੀ ਸੰਪੱਤੀ ਬਣ ਗਈ ਸੋ ਜਦੋਂ ਖੇਤੀ ਵਿੱਚ ਵੀ ਨਿਵੇਸ਼ ਕਰਨਗੇ ਤਾਂ ਉਹਨੇ ਖੇਤੀ ਖਾ ਜਾਣੀ ਆ ਕਾਰਪੋਰੇਟ ਦੇ ਸਾਹਮਣੇ ਸਾਡੀ ਸਰਕਾਰੀ ਮੰਡੀ ਟਿਕੀ ਨਹੀਂ ਰਹਿਣੀ ਪਹਿਲਾਂ ਵੀ ਹਜ਼ਾਰਾਂ ਸਰਕਾਰੀ ਅਦਾਰੇ ਇਕੱਲਾ ਇਹ ਸਰਕਾਰ ਨੇ ਪਿਛਲੀਆਂ ਸਰਕਾਰਾਂ ਨੇ ਵੇਚੇ ਆ ਤੋ ਇਹ ਠੀਕ ਆ ਤੋ ਜੋ ਮਰਜ਼ੀ ਕਹਿਣ ਉਹਨਾਂ ਦੇ ਦਾਅਵੇ ਠੀਕ ਨਹੀਂ ਨੇ ਜਦੋਂ ਕਾਨੂੰਨ ਬਣਾਉਣਾ ਸੀ ਪ੍ਰਧਾਨ ਮੰਤਰੀ ਦਾ ਵੀ ਅੱਜ ਬਿਆਨ ਆਇਆ ਮੱਧ ਪ੍ਰਦੇਸ਼ੋਂ ਗਏ ਹੋਏ ਸੀ ਉਹ ਕਹਿੰਦੇ ਇਹ ਰਾਤੋ ਰਾਤ ਤਾਂ ਬਣੇ ਨਹੀਂ ਕਾਨੂੰਨ 2000 ਤੋਂ ਗੱਲਾਂ ਚੱਲਦੀਆਂ ਆ ਰਹੀਆਂ ਨੇ ਇਸ ਕਾਨੂੰਨ ਦੀਆਂ ਜਦੋਂ UPA ਦੀ ਸਰਕਾਰ ਹੁੰਦੀ ਸੀ ਵਾਜਪੇਈ ਦੀ ਸਰਕਾਰ 'ਚ ਗੱਲ ਸ਼ੁਰੂ ਹੋ ਗਈ ਸੀ UPA ਦੀ ਸਰਕਾਰ 'ਚ ਵੀ ਗੱਲਾਂ ਹੁੰਦੀਆਂ ਰਹੀਆਂ ਉਹ ਕਹਿੰਦੇ ਲੰਬੀ ਚਰਚਾ ਹੋਈ ਹੈ ਅਤੇ ਇਹ ਰਾਤੋ ਰਾਤ ਨਹੀਂ ਬਣੇ ਅਸੀਂ ਵੀ ਤਾਂ ਖੁਦ ਕਹਿੰਦੇ ਹਾਂ ਵੀ ਜਿੰਨੀਆਂ ਵੀ ਵਿਰੋਧੀ ਧਿਰਾਂ ਨੇ ਚਾਹੇ UPA ਹੋਵੇ ਚਾਹੇ NDA ਹੋਵੇ ਇਹਨਾਂ ਨੀਤੀਆਂ ਲਈ ਸਾਰੇ ਜ਼ਿੰਮੇਵਾਰ ਨੇ ਕਿਉਂਕਿ ਪ੍ਰਧਾਨ ਮੰਤਰੀ ਜੀ ਖਿਲਾਫ਼ ਅੰਦੋਲਨ ਤਾਂ ਵਾ ਵੀ ਉਹਨਾਂ ਨੇ ਲਾਗੂ ਕਰ ਦਿੱਤੇ ਸੋ ਇਹ ਜ਼ਿਆਦਾ ਬਾਕੀਆਂ ਨੇ ਤਾਂ ਹੌਲੀ ਹੌਲੀ ਵੀ ਨਹੀਂ ਲਾਗੂ ਕੀਤੇ ਹਿੰਮਤ ਨਾਲ ਚਟਾਈ ਤਾਂ ਤੁਸੀਂ ਆ ਕੇ ਲਾਗੂ ਕਰਕੇ ਕਾਰਪੋਰੇਟ ਦੀ ਵਾਹ ਵਾਹ ਲੱਟੀ ਤਾਂ ਤੁਹਾਡੇ ਖਿਲਾਫ਼ ਅੰਦੋਲਨ ਤਾਂ ਚੱਲ ਰਿਹਾ ਅਸੀਂ ਵੀ ਸਮਝ ਰਹੇ ਹਾਂ
ਵੀ ਇੱਕ ਆ ਦਿਨ 'ਚ ਨਹੀਂ ਹੋ ਗਿਆ ਰਾਤੋਂ ਰਾਤ, ਇਹ ਸਾਰੀਆਂ ਪਾਰਟੀਆਂ ਨੇ ਲਗਾਤਾਰ ਨੀਤੀਆਂ ਅੱਗੇ ਲੈ ਕੇ ਆਈਆਂ ਤਾਂ ਹੁਣ ਉਹ ਲਾਗੂ ਕਰ ਦਿੱਤੇ। ਅੱਛਾ ਜੀ, ਦੱਸੋ ਕਿ 2017 'ਚ ਕਹਿੰਦੇ ਨੇ ਕੈਪਟਨ ਸਰਕਾਰ ਨੇ ਵੀ ਉੱਥੇ ਇੱਕ ਜਿਹੜਾ ਕਾਨੂੰਨ ਪਾਸ ਕੀਤਾ, ਪ੍ਰਾਈਵੇਟ ਮੰਡੀ ਪੰਜਾਬ 'ਚ ਸ਼ੁਰੂ ਹੋ ਗਈ। ਬਾਕੀ ਜਿਹੜਾ ਸੈਂਟਰ ਦਾ ਕਾਨੂੰਨ ਹੈ, ਜਦੋਂ ਇਹ ਪ੍ਰਾਈਵੇਟ ਮੰਡੀਆਂ ਦੀ ਗੱਲ ਕਰਦਾ ਤਾਂ ਇੱਕ ਵੱਡਾ ਅੰਦੋਲਨ ਖੜਾ ਹੋ ਜਾਂਦਾ ਹੈ ਪੰਜਾਬ ਦਾ। ਸਾਨੂੰ ਦੱਸੋ ਕਿ ਜਿਹੜਾ 2017 ਵਾਲਾ ਉਹ ਕਾਨੂੰਨ ਸੀ, ਉਹਨੂੰ ਉਹਦੇ ਦੇ ਖਿਲਾਫ ਅਸੀਂ ਇਸ ਤਰੀਕੇ ਦਾ ਵਿਰੋਧ ਕਿਉਂ ਨਹੀਂ ਵੇਖਿਆ? ਆ ਦੇਖੋ, 1998 'ਚ ਵੀ, 1998 'ਚ ਵੀ ਸੁਧਾਰ ਹੋਏ, 2006 'ਚ ਵੀ ਹੋਏ, 12 'ਚ ਵੀ ਹੋਏ ਬਾਦਲਾਂ ਵੇਲੇ, ਇਹ ਤੋਂ ਕਹਾਂ 17 'ਚ ਵੀ। ਇਹਨਾਂ ਦੋਵਾਂ ਚੀਜ਼ਾਂ ਨੂੰ ਅਸੀਂ ਮਿਲਾ ਨਹੀਂ ਸਕਦੇ। ਤਾਂ ਉਹਨੂੰ ਪੜ੍ਹੋ, ਉਹਦੇ ਵਿੱਚ ਸੁਧਾਰ ਕਰਕੇ ਵੀ ਬੇਸ਼ੱਕ ਪ੍ਰਾਈਵੇਟ ਮੰਡੀ ਦਾ ਕਨਸੈਪਟ ਉਹਦੇ ਵਿੱਚ ਸੀਗਾ, ਪਰ ਉਹ APMC ਦੇ ਐਕਟ ਦੇ ਅਧੀਨ ਸਾਰੀਆਂ ਤਾਕਤਾਂ ਸਰਕਾਰ ਕੋਲ। ਉੱਥੋਂ ਤਾਂ ਇਹ ਵੀ ਕਿਹਾ ਸੀ ਵੀ ਜੇ ਫਸਲ ਦਾ ਕੋਈ ਰੇਟ ਨਹੀਂ ਦਿੰਦਾ ਭਜਦਾ ਤਾਂ DC ਉਹਨਾਂ ਦੀ ਕੁਰਕੀ ਕਰ ਸਕਦਾ, ਹੱਕ ਸੀਗਾ, ਇਹਨੂੰ ਮਿਲਾ ਨਹੀਂ ਸਕਦੇ। ਹਾਂ, ਇਹ ਗੱਲ ਠੀਕ ਸੀ ਵੀ ਕੈਪਟਨ ਨੇ ਵੀ ਪ੍ਰਾਈਵੇਟ ਖੇਤਰ ਲਈ ਸੋਧਾਂ ਕੀਤੀਆਂ, ਪਰ ਇਹਨਾਂ ਕਾਨੂੰਨਾਂ ਨਾਲ ਨਹੀਂ ਮਿਲਾ ਸਕਦੇ। ਪਰ ਉਹ ਤਾਂ ਕਹਿੰਦੇ ਉਸੇ ਤਰੀਕੇ ਜੇ ਤੁਸੀਂ ਚਾਹੁੰਦੇ ਹੋ ਤਾਂ ਮੰਡੀਆਂ ਤੁਸੀਂ ਰਜਿਸਟਰ ਕਰਵਾ ਦਿਓ, ਜੇ ਪ੍ਰਾਈਵੇਟ ਬੰਦਾ ਕੋਈ ਆਉਂਦਾ ਹੈ ਉਹ ਉਸੇ ਸੁਧਾਰ ਦਾ ਉਹ ਜ਼ਿਕਰ ਕਰਦੇ ਨੇ ਕਿ ਅਸੀਂ ਕਿਸਾਨਾਂ ਦੇ ਮੁਤਾਬਕ ਸੋਧਣ ਲਈ ਤਿਆਰ ਹਾਂ, ਕਿ ਜੇ ਤੁਸੀਂ ਕੋਈ ਕੰਟਰੈਕਟ ਕੀਤਾ ਹੈ ਤਾਂ ਸਰਕਾਰ ਨੂੰ ਰਜਿਸਟਰ ਕਰ ਲਵੇ, ਜੇ ਤੁਸੀਂ ਫੀਸ ਵਸੂਲਣਾ ਚਾਹੁੰਦੇ ਹੋ ਤਾਂ ਤੁਸੀਂ ਫੀਸ ਵਸੂਲੋ, ਉਹਦੇ ਲਈ ਉਹ ਤਿਆਰ ਨੇ? ਨਹੀਂ, ਐਂ ਨਹੀਂ ਹੈਗਾ, ਉਹ ਮੰਡੀ ਤੋਂ ਬਾਹਰ ਦੀ ਖਰੀਦ ਦੀ ਗੱਲ ਕਰਦੇ ਨੇ। ਖਰੀਦ ਤਾਂ ਮੰਡੀ ਦੇ ਅੰਦਰ ਹੋਣੀ, ਢਾਂਚਾ ਬਣਿਆ, ਸਗੋਂ ਹੋਰ ਢਾਂਚਾ ਬਣਾਓ ਮੰਡੀ ਦੇ ਅੰਦਰ। ਜਿਹੜੀ MSP ਦਾ ਰੇਟ ਆ ਉਹਤੋਂ ਕੋਈ 2 ਰੁਪਈਏ ਵੱਧ ਕਰਕੇ ਜਿਹੜਾ ਮਰਜ਼ੀ ਵਪਾਰੀ ਖਰੀਦ ਲਏ, ਇਹ ਤਾਂ ਇਤਰਾਜ਼ ਕੀ ਆ? ਪਹਿਲਾਂ ਵੀ ਕੋਈ ਇਤਰਾਜ਼ ਨਹੀਂ, ਹੁਣ ਵੀ ਇਤਰਾਜ਼ ਨਹੀਂ ਗਾ। ਹਾਂ, ਮੰਡੀ ਤੋਂ ਬਾਹਰ ਜਾ ਕੇ ਖਰੀਦੇ, ਇਹਦੇ ਨਾਲ ਜਿਹੜੀ ਮੰਡੀ ਆ ਉਹ ਖਤਮ ਹੋ ਜਾਊਗੀ। ਇੱਕ ਚਿੱਠੀ 'ਚ ਉਹਨਾਂ ਨੇ ਜ਼ਿਕਰ ਕੀਤਾ ਕਿ ਬਹੁਤ ਸਮੇਂ ਤੋਂ ਕਿਸਾਨ ਜਥੇਬੰਦੀਆਂ ਹੀ ਮੰਗ ਕਰ ਰਹੀਆਂ ਸੀ ਕਿ ਸਾਨੂੰ ਇੱਕ ਮੰਡੀ ਦੇ ਘੇਰੇ ਦੇ ਵਿੱਚ ਕੇਂਦਰਿਤ ਕਰ ਦਿੱਤਾ ਗਿਆ ਹੈ, ਸਾਨੂੰ ਖੁੱਲ੍ਹ ਦਿਓ ਤਾਂ ਜੋ ਅਸੀਂ ਖੁੱਲ੍ਹ ਕੇ ਆਪਣੀ ਜਿਹੜੀ ਆ ਫਸਲ ਨੂੰ ਕਿਸੇ ਦੇ ਕੋਲ ਵੇਚ ਸਕੀਏ। ਉਹ ਕਹਿ ਰਹੇ ਨੇ ਕਿ ਮੰਡੀ ਜਿਹੜੀ ਸੀ ਉਹ ਕਿਸਾਨ ਨੂੰ ਸੀਮਿਤ ਕਰਦੀ ਸੀ। ਦੇਖੋ, ਉਹ ਇਹ ਦੱਸ ਨਹੀਂ ਸਕਦੇ ਉਹਨਾਂ ਕਿਸਾਨਾਂ ਦੇ ਨਾਲ ਵੀ ਕਿਹੜੇ ਮੰਗ ਕਰ ਰਹੇ ਸੀ। ਚਲੋ, ਉਹ ਕਹਿੰਦੇ ਵੀ ਡੇਅਰੀ ਖੇਤਰ ਖੁੱਲ੍ਹਾ ਖੇਤਰ ਆ, ਸ਼ਹਿਦ ਫਾਰਮਿੰਗ ਵਾਲਾ ਖੁੱਲ੍ਹਾ ਖੇਤਰ ਆ, ਪੋਲਟਰੀ ਫਾਰਮ ਵਾਲਾ ਖੁੱਲ੍ਹਾ ਖੇਤਰ ਆ, ਸੂਰ ਪਾਲਣ ਵਾਲਾ ਖੁੱਲ੍ਹਾ ਖੇਤਰ ਆ। ਉਹਨਾਂ ਸਾਰੇ ਕਿਸਾਨਾਂ ਦੇ ਅੰਕੜੇ ਇਕੱਠੇ ਕਰ ਲਓ, ਉਹ ਕਿਹੜੇ ਰਾਜੇ ਬਣ ਗਿਆ? ਕਰਜ਼ਾ ਤਾਂ ਉਹਨਾਂ ਦੇ ਸਿਰ ਵੀ ਹੈਗਾ, ਉਹ ਕਿਹੜੇ ਪ੍ਰਫੁੱਲਤ ਹੋ ਗਿਆ? ਜਿਹੜੇ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਚੱਲ ਰਹੇ ਉਹ ਵੀ ਫੇਲ ਹੋ ਰਹੇ ਨੇ। ਸੋ ਇਹਨਾਂ ਦੇ ਦਾਅਵੇ ਠੀਕ ਨਹੀਂ ਹੈਗੇ ਵੀ ਪ੍ਰਾਈਵੇਟ ਖੇਤਰ 'ਚ ਆਇਆ ਕਿਸਾਨ ਦਾ ਭਲਾ ਹੋਊ, ਉੱਥੇ ਹੋਰ ਉਜਾੜਾ ਹੋਣਾ ਵਾ। MSP ਦਾ ਅਸੀਂ ਗੱਲ ਕਰਦੇ ਹਾਂ, 23 ਫਸਲਾਂ 'ਤੇ ਸਰਕਾਰ ਕਹਿੰਦੀ MSP ਦੇਵਾਂਗੇ, ਮਿਲਦੀ ਸਿਰਫ 2 ਦੇ ਉੱਤੇ ਆ, ਉਹ ਵੀ ਨਹੀਂ ਮਿਲਦੀ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਕਿ ਨਹੀਂ ਮਿਲਦੀ। ਉਹ ਜਿਹੜੀਆਂ ਬਾਕੀ ਦੀਆਂ ਫਸਲਾਂ ਰਹਿ ਗਈਆਂ ਨੇ ਉਹਨਾਂ ਨੂੰ ਲੈ ਕੇ ਕੋਈ ਸੰਘਰਸ਼ ਅਸੀਂ ਪਹਿਲਾਂ ਕਦੇ ਕਿਉਂ ਨਹੀਂ ਵੇਖਿਆ ਕਿ ਸਿਰਫ ਝੋਨੇ ਅਤੇ ਕਣਕ ਤੱਕ ਹੀ ਸੀਮਿਤ ਰਹੇਗੀ ਗੱਲ, ਜਾਂ ਤੁਸੀਂ ਚਾਹੁੰਦੇ ਹੋ ਕਿ ਸਭ ਜੋ ਸਰਕਾਰ ਕਹਿੰਦੀ ਹੈ ਜਿਹੜਾ ਫਸਲਾਂ 'ਤੇ ਉਹ MSP ਮਿਲੇ ਸਭ ਨੂੰ? ਇਹ ਸਰਕਾਰ ਦੀਆਂ ਗੱਲਾਂ ਦਾ ਵੈਸੇ ਜਵਾਬ ਆ ਵੀ ਬਾਕੀ ਫਸਲਾਂ 'ਤੇ ਕਿਉਂ ਨਹੀਂ, ਅਸੀਂ ਕਰਦੇ ਵੀ ਰਹੇ ਹਾਂ, ਕਹਿੰਦੇ ਵੀ ਰਹੇ ਹਾਂ। ਪੰਜਾਬ ਵਿੱਚ ਪਾਣੀ ਦੀ ਅਤੇ ਪ੍ਰਦੂਸ਼ਣ ਦਾ ਇਲਜ਼ਾਮ ਸਾਡੇ 'ਤੇ ਲੱਗਦਾ, ਅਸੀਂ ਕਿਹਾ ਤੁਸੀਂ ਝੋਨੇ ਤੋਂ ਇਲਾਵਾ ਮੱਕੀ ਦਾ ਹੋਰ ਦਾਲਾਂ ਦਾ ਸਾਨੂੰ MSP 'ਤੇ ਖਰੀਦ ਕਰੋ ਸਰਕਾਰੀ, ਅਸੀਂ ਝੋਨਾ ਛੱਡ ਦਾਂਗੇ, ਅਸੀਂ ਝੋਨੇ 'ਚੋਂ ਕੀ ਲੈਣਾ? ਨਾ ਤਾਂ ਸਰਕਾਰ ਉਹਦਾ ਬਦਲ ਦਿੰਦੀ ਆ ਅਤੇ ਨਾ ਉਹਦਾ ਹੱਲ ਕਰਦੀ ਆ। ਅਸੀਂ ਤਾਂ ਕਹਿੰਦੇ ਸਾਰੀਆਂ ਫਸਲਾਂ ਦਾ ਜਿਹੜਾ ਵਾ ਉਹ ਘੱਟੋ ਘੱਟ ਭਾਅ ਹੋਵੇ ਅਤੇ ਸਰਕਾਰ ਖਰੀਦ ਦੀ ਗਰੰਟੀ ਕਰੇ, ਇਹਦੇ ਨਾਲ ਦੇਸ਼ ਦੇ ਕਿਸਾਨਾਂ ਦਾ ਭਲਾ ਹੋਊਗਾ। ਪਰ ਸਰਕਾਰ ਜਿਹੜੀ ਮਾੜੀ ਮੋਟੀ 6% ਸਾਰੀ ਖਰੀਦ ਆ ਉਹਦੇ ਤੋਂ ਵੀ ਭੱਜਣ ਨੂੰ ਤਿਆਰ ਆ, ਜਿਹਦੇ ਕਰਕੇ ਸਾਰਾ ਰੌਲਾ ਪੈ ਰਿਹਾ ਵਾ। ਅਸੀਂ ਪਹਿਲਾਂ ਵੀ ਸੰਘਰਸ਼ ਕਰਦੇ ਆਏ ਹਾਂ ਪਰ ਉਨਾ ਆਭਾਰ ਨਹੀਂ ਹੋਇਆ ਜਿੰਨਾ ਹੁਣ ਹੋਇਆ। ਸੁਪਰੀਮ ਕੋਰਟ ਵੱਲੋਂ ਕੋਈ ਨੋਟਿਸ ਤੁਹਾਡੇ ਜਥੇਬੰਦੀ ਨੂੰ ਆਇਆ ਹੁਣ ਤੱਕ? ਨਹੀਂ, ਸਾਡੇ ਕੋਈ ਨੋਟਿਸ। ਤੁਹਾਡੀ ਕੀ ਤਿਆਰੀ ਹੈ? ਬਾਕੀ ਜਥੇਬੰਦੀਆਂ ਨੇ ਕੱਲ੍ਹ ਕਿਹਾ ਕਿ ਅਸੀਂ ਵੱਖ ਵੱਖ ਜਿਹੜੇ ਸੀਨੀਅਰ ਵਕੀਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ, ਉਹ ਜਿਸ ਤਰੀਕੇ ਦੀ ਸਲਾਹ ਦੇਣਗੇ ਅਸੀਂ ਇਸ ਮਾਮਲੇ 'ਚ ਉਵੇਂ ਅੱਗੇ ਵਧਾਂਗੇ। ਕੀ ਤੁਸੀਂ ਵੀ ਉਹਨਾਂ ਦੇ ਨਾਲ ਸਹਿਮਤ ਹੋ ਜਾਂ ਤੁਹਾਨੂੰ ਲੱਗਦਾ ਕਿ ਕੋਰਟ 'ਚ ਨਹੀਂ ਜਾਣਾ ਚਾਹੀਦਾ? ਆਹ ਦੇਖੋ, ਜਦੋਂ ਸਾਨੂੰ ਕੋਈ ਨੋਟਿਸ ਨਹੀਂ ਨਾ ਸਾਨੂੰ ਕੋਈ ਸੱਦਾ ਵਾ, ਅਤੇ ਅਸੀਂ ਉਹਨਾਂ ਹਾਲਤਾਂ ਵਿੱਚ ਸੋਚਾਂ ਕਿ ਜਦੋਂ ਕੋਈ ਲਿਖਤ ਆਊਗੀ, ਉਦੋਂ ਪਹਿਲਾਂ ਤਾਂ ਨਹੀਂ। ਤੁਹਾਡੀ ਨਜ਼ਰ ਦੇ ਵਿੱਚ ਹੈ ਕਿ ਕੋਰਟ 'ਚ ਮਾਮਲਾ ਪਹੁੰਚ ਚੁੱਕਿਆ ਹੈ, ਜਦੋਂ ਕੋਰਟ ਦੇ ਜ਼ਰੀਏ ਤੁਹਾਨੂੰ ਲੱਗਦਾ ਕਿ ਸਰਕਾਰ ਨਾਲ ਗੱਲ ਨਹੀਂ ਹੋ ਰਹੀ ਤਾਂ ਇਹ ਮਸਲਾ ਹੁਣ ਕੋਰਟ ਦੇ ਜ਼ਰੀਏ ਘੁਮਾ ਕੇ ਜਥੇਬੰਦੀਆਂ ਦੇ ਗੱਲ 'ਚ ਪਾਇਆ ਜਾ ਰਿਹਾ? ਹਾਂ, ਤੁਹਾਡੀ ਗੱਲ ਠੀਕ ਆ, ਉਵੇਂ ਪਹਿਲੇ ਤਜਰਬੇ ਆ ਸਾਡੇ ਕਿ ਜਦੋਂ ਮਸਲੇ ਲਮਕਾਉਣੇ ਹੋਣ ਤਾਂ ਇਸ ਕਿਸਮ ਦੇ ਹੱਥ ਕੰਡੇ ਬਣਾਏ ਜਾਂਦੇ ਆ। ਪਰ ਤੁਹਾਨੂੰ ਲੱਗਦਾ ਕਿ ਕੋਰਟ 'ਚ ਜਾਣਾ ਚਾਹੀਦਾ? ਜਿਸ ਤਰੀਕੇ ਕੋਰਟ ਨੇ ਇੱਕ ਕਮੇਟੀ ਦਾ ਸੁਝਾਅ ਵੀ ਦਿੱਤਾ ਸੀ ਜਥੇਬੰਦੀਆਂ ਨੂੰ ਇਕੱਠੀਆਂ ਹੋ ਕੇ ਇੱਕ ਧਿਰ ਬਣ ਕੇ ਮਾਮਲੇ 'ਚ ਜਾਣਾ ਚਾਹੀਦਾ, ਤੁਹਾਨੂੰ ਲੱਗਦਾ ਕਿ ਨਹੀਂ ਅਸੀਂ ਕੋਰਟ 'ਚ ਜਾਣ ਨੂੰ ਸਹਿਮਤ ਨਹੀਂ ਹੈਗੇ, ਅਸੀਂ ਸਿੱਧਾ ਸਰਕਾਰ ਨਾਲ ਗੱਲ ਕਰ? ਦੇਖਿਆ ਤਾਂ ਕੋਰਟ ਦੀ ਲਿਖਤ ਤੋਂ ਬਾਅਦ ਹੀ ਆ, ਉਵੇਂ ਜਿਹੜੀ ਕਮੇਟੀ ਦਾ ਸਵਾਲ ਸੀ ਜਦੋਂ ਸਰਕਾਰ ਨਾਲ ਮੀਟਿੰਗ ਹੋਈ ਸੀ ਉਦੋਂ ਸਾਰਿਆਂ ਨੇ ਸਰਬਸੰਮਤੀ ਨਾਲ ਛੋਟੀ ਕਮੇਟੀ ਨੂੰ ਇਨਕਾਰ ਕਰ ਦਿੱਤਾ ਵੀ ਸਾਰੀਆਂ ਜਥੇਬੰਦੀਆਂ ਦੀ ਹਾਜ਼ਰੀ ਨੁਮਾਇੰਦੀ ਜ਼ਰੂਰੀ ਆ ਜਦੋਂ ਫੈਸਲਾ ਹੋਵੇ, ਇਹੀ ਪਾਰਦਰਸ਼ਤਾ ਇਹਦੇ ਨਾਲ ਬਣੀ ਰਹਿੰਦੀ ਹੈ ਵੀ ਕੋਈ ਕਿਸੇ 'ਤੇ ਇਲਜ਼ਾਮ ਨਹੀਂ ਲੱਗ ਸਕਦਾ ਵੀ ਕੋਈ ਇਕੱਲਾ ਫੈਸਲਾ ਕਰ ਗਿਆ, ਅਤੇ ਨਾ ਜਥੇਬੰਦੀਆਂ 'ਚ ਫੁੱਟ ਪੈਣ ਦੀ ਗੁੰਜਾਇਸ਼ ਆ। ਉਹੀ ਫੈਸਲਾ ਅੱਜ ਵੀ ਆ ਵੀ ਕੋਈ ਕਮੇਟੀ ਮਸਲੇ ਦਾ ਹੱਲ ਨਹੀਂ ਹੈਗੀ। ਅੱਛਾ, ਤੁਸੀਂ ਇੱਕ
ਤੁਸੀਂ ਗੱਲ ਕੀਤੀ ਸੀ ਜਾਂ ਤੁਸੀਂ ਸਿਰਫ ਆ ਮੋਟੇ ਮੋਟੇ ਪੁਆਇੰਟ ਰੱਖਦੇ ਸੀ? ਕਿਉਂਕਿ ਅੱਜ ਦੀ ਚਿੱਠੀ 'ਚ ਵੀ ਉਹਨਾਂ ਨੇ ਕਿਹਾ ਕਿ ਜਥੇਬੰਦੀਆਂ ਮੀਟਿੰਗ 'ਚ ਆਉਂਦੀਆਂ ਸੀ, ਪੁਆਇੰਟ ਰੱਖਦੀਆਂ ਸੀ, ਅਸੀਂ ਉਹਨਾਂ ਨੂੰ ਸੋਧਣ ਲਈ ਤਿਆਰ ਹੋ ਚੁੱਕੇ ਹਾਂ। ਆ ਦੇਖੋ ਮੇਰੇ ਖਿਆਲ ਸਾਰੀਆਂ 6 ਦੌਰ ਦੀ ਗੱਲਬਾਤ 24 ਘੰਟੇ ਮੇਰੇ ਖਿਆਲ ਗੱਲਬਾਤ ਦੇ ਹੋ ਗਏ ਆ, ਇਕੱਲੇ ਇਕੱਲੇ ਸ਼ਬਦ 'ਤੇ ਡਿਸਕਸ ਹੋ ਗਿਆ। ਤਾਂ ਹੀ ਅਗਲਿਆਂ ਨੇ ਕਿਹਾ ਵੀ ਨਹੀਂ ਭਾਈ ਹੁਣ ਇਹ ਤੋਂ ਵੱਧ ਨਹੀਂ, ਤੁਸੀਂ ਟਾਈਮ ਸਾਡਾ ਵੀ ਵੇਸਟ ਕਰਦੇ ਜੇ ਆਪਣਾ ਵੀ ਵੇਸਟ ਕਰਦੇ ਅਤੇ ਤੁਸੀਂ ਗੱਲਾਂ ਨੂੰ। ਮਸਲਨ ਮੈਂ ਤਾਂ ਇਗਜ਼ਾਮਪਲ ਦਿੰਦਾ ਨਾ, ਕਿਲੋ ਜ਼ਹਿਰ ਆ ਤੋਮਰ ਸਾਹਿਬ ਕਹਿਣ ਵੀ ਚਲੋ 500 ਗ੍ਰਾਮ ਘਟਾ ਤਾ, ਉਹ ਘੱਟ ਥੋੜ੍ਹਾ ਗਿਆ, ਉਹ ਕਹਿਣ 100 ਗ੍ਰਾਮ ਘਟਾ ਤਾ, ਚਲੋ ਕਹਿੰਦੇ ਅੱਧਾ ਕਿਲੋ ਘਟਾ ਦਿੰਦੇ ਹਾਂ। ਹੁਣ ਥੋੜ੍ਹਾ ਹੋਵੇ ਬਹੁਤਾ ਹੋਵੇ ਜ਼ਹਿਰ ਤਾਂ ਜ਼ਹਿਰ ਹੀ ਹੁੰਦਾ ਵਾ। ਸਾਡੇ ਕਹਿਣ 'ਤੇ ਜਦੋਂ ਸਾਡੇ ਵਾਲੀ ਸੁਧਾਰ ਕੀਤੇ ਗਏ ਸਾਨੂੰ ਮਨਜ਼ੂਰ ਨਹੀਂ ਹੈਗੇ, ਤਾਂ ਤੁਸੀਂ ਜ਼ਬਰਦਸਤੀ ਸਾਡੇ 'ਤੇ ਕਿਉਂ ਥੋਪਦੇ ਜੀ? ਵਾਪਸ ਲੈ ਲਓ। ਬਹੁਤ ਬਹੁਤ ਧੰਨਵਾਦ। ਇਹ ਸਨ ਸਰਵਣ ਸਿੰਘ ਪੰਧੇਰ ਜਿਨ੍ਹਾਂ ਦਾ ਕਹਿਣਾ ਹੈ ਕਿ ਕੇਂਦਰੀ ਮੰਤਰੀ ਨੇ ਜਿਹੜੀ ਚਿੱਠੀ ਭੇਜੀ ਆ ਉਹਦੇ ਵਿੱਚ ਨਵਾਂ ਕੁਝ ਨਹੀਂ ਹੈ, ਜੋ ਪਹਿਲਾਂ ਮੀਟਿੰਗਾਂ ਹੋਈਆਂ ਸੀ ਉਹੀ ਚੀਜ਼ਾਂ ਚਿੱਠੀ ਦੇ ਵਿੱਚ ਲਿਖ ਕੇ ਭੇਜ ਦਿੱਤੀਆਂ ਗਈਆਂ ਨੇ। ਸੋ ਉਹਨਾਂ ਦੀ ਜਿਹੜੀ ਆ ਮੰਗ ਉਹ ਸਾਫ਼ ਤੌਰ 'ਤੇ ਸਪਸ਼ਟ ਹੈ ਕਿ ਕੇਂਦਰ ਸਰਕਾਰ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰੇ, ਉਸ ਤੋਂ ਪਹਿਲਾਂ ਇਹ ਅੰਦੋਲਨ ਜਿਹੜਾ ਹੈ ਖਤਮ ਹੋਣ ਵਾਲਾ ਨਹੀਂ ਹੈ। ਕਿਵੇਂ ਵੇਖ ਰਹੇ ਹੁਣ ਤੱਕ ਦੇ ਅੰਦੋਲਨ ਨੂੰ, ਕਿਵੇਂ ਚੱਲ ਰਿਹਾ ਅੰਦੋਲਨ? ਨਹੀਂ, ਬਹੁਤ ਵਧੀਆ ਇੱਕ ਸੰਘਰਸ਼ ਜਿਹੜਾ ਹੈ ਇਹ ਦੇਸ਼ ਦੇ 100 ਸਾਲਾਂ ਦੇ ਅੰਦਰ ਤਾਂ ਨਹੀਂ ਕਿਸੇ ਨੇ ਦੇਖਿਆ, ਆਜ਼ਾਦੀ ਦੇ ਸੰਘਰਸ਼ ਦੇ ਅੰਦਰ ਜ਼ਰੂਰ ਇਸ ਤਰ੍ਹਾਂ ਦੀ ਲੜਾਈ ਦੇਖੀ ਗਈ ਹੋਊਗੀ, ਪਰ ਉਸ ਤੋਂ ਇਲਾਵਾ ਕਦੀ ਕਿਸੇ ਨੇ ਐਸਾ ਵੱਡਾ ਸੰਘਰਸ਼ ਅੱਜ ਤੱਕ ਦੇਖਿਆ ਨਹੀਂ। ਪਰ ਉਸ ਵੇਲੇ ਵੀ ਇਸ ਪੱਧਰ 'ਤੇ ਲੜਾਈ ਨਹੀਂ ਲੜੀ ਗਈ ਜਿਸ ਪੱਧਰ 'ਤੇ ਹੁਣ ਲੜੀ ਜਾ ਰਹੀ ਹੈ, ਕਿਉਂਕਿ ਇਹ ਸੰਘਰਸ਼ ਪੂਰੀ ਦੁਨੀਆ ਦੇ ਅੰਦਰ ਲੜਿਆ ਜਾ ਰਿਹਾ। ਮੈਨੂੰ ਲੱਗਦਾ ਕਿ ਦੁਨੀਆ ਦਾ ਅਗਰ ਸਭ ਤੋਂ ਵੱਡਾ ਕੋਈ ਸੰਘਰਸ਼ ਇਸ ਵੇਲੇ ਹੋਇਆ ਹੈ ਔਰ ਉਹ ਇਹ ਕਿਸਾਨੀ ਸੰਘਰਸ਼ ਆ, ਦੁਨੀਆ ਦਾ ਸਭ ਤੋਂ ਵੱਡਾ ਇਕਜੁੱਟਤਾ ਜੇ ਸੰਘਰਸ਼ ਨੇ ਦਿਖਾਈ ਆ ਤਾਂ ਉਸ ਕਿਸਾਨੀ ਸੰਘਰਸ਼ ਨੇ ਦਿਖਾਈ ਆ। ਇੱਕ ਚਿੱਠੀ ਲਿਖੀ ਹੈ ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਸਾਨ ਜਥੇਬੰਦੀਆਂ ਨੂੰ, 8 ਪੇਜਾਂ ਦੀ ਉਹ ਚਿੱਠੀ ਹੈ, ਉਹਦੇ ਵਿੱਚ ਉਹਨਾਂ ਨੇ ਮੁੜ ਤੋਂ ਦਾਅਵਾ ਕਰਿਆ ਵੀ ਕਿਸਾਨਾਂ ਦੇ ਵਿੱਚ ਭਰਮ ਫੈਲਾ ਰਹੀਆਂ ਨੇ ਪੋਲੀਟੀਕਲ ਤੌਰ 'ਤੇ ਮੋਟੀਵੇਟਡ ਜਥੇਬੰਦੀ। ਦੇਖੋ, ਅਗਰ BJP 2 ਅਲਫਾਜ਼ ਛੱਡ ਦੇਵੇ ਨਾ, ਇੱਕ ਭਰਮ ਅਤੇ ਦੂਜਾ ਦੇਸ਼ ਵਿਰੋਧੀ ਜਾਂ ਟੁਕੜੇ, ਤੀਜੀ ਗੱਲ BJP ਕੋਲ ਕਰਨ ਨੂੰ ਨਹੀਂ ਹੈਗੀ। ਇੱਕੋ ਹੀ ਗੱਲ ਉਹ ਕਰ ਸਕਦੇ ਭਰਮ, ਇਹਨਾਂ ਦੋਵਾਂ ਦੇ ਧਰਮ ਔਰ ਐਂਟੀ ਨੈਸ਼ਨਲ ਟੁਕੜੇ ਇਹਦੇ ਆਲ ਦੁਆਲ ਹੀ ਸਾਰਾ ਬਿੱਲ ਲੈ ਕੇ ਘੁੰਮੀ ਜਾਂਦੇ ਨੇ। ਅਰੇ ਭਰਮ ਤੁਸੀਂ ਬਣਾ ਰਹੇ ਜੇ, ਤੁਹਾਡੇ ਕੋਲ ਇੰਨਾ ਤੰਤਰ ਆ, TV ਚੈਨਲ ਤੁਹਾਡੇ ਕੋਲ, ਚਿੱਠੀਆਂ ਲਿਖਣ ਦੇ ਤੰਤਰ ਤੁਹਾਡੇ ਕੋਲ, ਚਿੱਠੀਆਂ ਨੂੰ ਪਹੁੰਚਾਉਣ ਦੇ, ਵੀਡੀਓ ਬਣਾਉਣ ਦੇ, ਸੋਸ਼ਲ ਮੀਡੀਆ, ਅਤੇ ਫਿਰ ਵੀ ਤੁਹਾਡਾ ਭਰਮ ਨਹੀਂ ਲੋਕਾਂ ਦਾ ਦੂਰ ਹੋ ਰਿਹਾ, ਕਿਉਂਕਿ ਭਰਮ ਤੁਸੀਂ ਪਾ ਰਹੇ ਜੇ। ਤੁਸੀਂ ਲੋਕਾਂ ਨੂੰ ਇਹ ਕਹਿ ਰਹੇ ਜੇ ਕਿ ਅਸੀਂ ਘਿਓ ਖਵਾਉਣਾ ਹੈ, ਉਹ ਵੀ ਬੰਨ ਕੇ, ਹੋਊਗਾ ਡਾਲਡਾ, ਕਹਾਂਗੇ ਦੇਸੀ, ਫਿਰ ਕਹਾਂਗੇ ਤੁਹਾਨੂੰ ਭਰਮ ਲੋਕ ਫੈਲਾ ਰਹੇ ਆ। ਭਰਮ ਨਹੀਂ ਕੋਈ ਫੈਲਾ ਰਿਹਾ, ਤੁਸੀਂ ਲੋਕਾਂ ਨੂੰ ਬੇਵਕੂਫ ਬਣਾਉਣਾ ਚਾਹੁੰਦੇ, ਲੋਕ ਬੇਵਕੂਫ ਬਣਦੇ ਨੇ। ਚਿੱਠੀ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਕਮੇਟੀਆਂ ਬਣਾਈਆਂ ਗਈਆਂ ਬਿੱਲ ਬਣਾਉਣ ਤੋਂ ਪਹਿਲਾਂ, ਉਹਨਾਂ ਦੇ ਵਿੱਚ ਸੂਬਿਆਂ ਦੇ ਮੁੱਖ ਮੰਤਰੀ ਵੀ ਸ਼ਾਮਲ ਸੀ, ਅਕਾਲੀ ਦਲ ਦਾ ਵੀ ਬਕਾਇਦਾ ਉਹਨਾਂ ਨੇ ਜ਼ਿਕਰ ਕੀਤਾ। ਚਿੱਠੀ ਦੇ ਵਿੱਚ ਲਿਖਿਆ ਹੋਇਆ ਕਿ ਅਕਾਲੀ ਦਲ ਪਹਿਲਾਂ ਇਹਦੇ ਨਾਲ ਖੜਿਆ ਰਿਹਾ ਬਿੱਲ ਦੇ, ਪਰ ਬਾਅਦ ਵਿੱਚ ਕੀ ਹਾਲਾਤ ਬਣੇ ਕਿ ਅਕਾਲੀ ਦਲ ਵਿਰੋਧ ਕਰਨ ਲੱਗ? ਨਹੀਂ, ਦੇਖੋ, ਅਕਾਲੀ ਦਲ ਨੇ ਪਹਿਲੇ ਦਿਨ ਤੋਂ ਮੰਤਰੀ ਨੂੰ ਜੋ ਕਿਸਾਨਾਂ ਦੀਆਂ ਇਸ ਬਿੱਲ ਨੂੰ ਲੈ ਕੇ ਖਦਸੇ ਸੀਗੇ ਉਹ ਮੰਤਰੀ ਕੋਲ ਜ਼ਾਹਿਰ ਕੀਤੇ। ਕਿਸਾਨੀ ਮੰਤਰੀ ਚੰਡੀਗੜ੍ਹ ਆਉਂਦੇ ਨੇ, ਆ ਕੇ ਅਸ਼ੋਰੈਂਸ ਦਿੰਦੇ ਨੇ ਕਿ ਜਿਹੜੇ ਇਹਨਾਂ ਦੇ ਖਦਸੇ ਜ਼ਾਹਿਰ ਕੀਤੇ ਨੇ ਉਹ ਅਸੀਂ ਕਾਨੂੰਨੀ ਜਾਮਾ ਪਵਾਵਾਂਗੇ, ਚਾਹੇ ਉਹ 'ਚ MSP ਜਾਂ ਇਸ 'ਚ। ਲੇਕਿਨ ਉਸ ਤੋਂ ਬਾਅਦ ਉਹਨਾਂ ਨੇ ਉਸ ਨੂੰ ਮੰਨਣ ਤੋਂ ਮਨ੍ਹਾ ਕਰਦੇ ਹੋਏ ਬਿਨਾਂ ਕਿਸੇ ਸੋਧ ਦੇ ਉਸ ਬਿੱਲ ਨੂੰ ਲੋਕ ਸਭਾ ਦੇ ਅੰਦਰ ਲੈ ਆਉਂਦਾ। ਜਦੋਂ ਲੈ ਆਉਂਦਾ ਇਸੇ ਕਰਕੇ ਉਸੇ ਦਿਨ ਰਿਜ਼ਾਈਨ ਕੀਤਾ, ਛੱਡਿਆ, ਬਿੱਲ ਦੇ ਖਿਲਾਫ਼ ਵੋਟ ਪਾਈ। ਜਿਹੜੀ ਗੱਲ ਉਸ ਵੇਲੇ ਅਕਾਲੀ ਦਲ ਕਹਿ ਰਿਹਾ ਸੀਗਾ ਕਿ ਇਹ ਗਲਤ ਹੈ, ਨਾ ਕਰੋ, ਅੱਜ ਕਾਨੂੰਨ ਮੰਤਰੀ ਅੱਜ ਕ੍ਰਿਸ਼ੀ ਮੰਤਰੀ ਖੁਦ ਮੰਨਦਾ ਪਿਆ ਕਿ ਮੈਂ ਇਹ ਬਿੱਲਾਂ 'ਚ ਸੋਧ ਕਰਨ ਨੂੰ ਤਿਆਰ ਹਾਂ, ਆਹ ਚੀਜ਼ਾਂ ਅਸੀਂ ਮੰਨ ਲਈਆਂ। ਅਤੇ ਫਿਰ ਇਹੀ ਤਾਂ ਕਿਸਾਨ ਪਹਿਲਾਂ ਕਹਿੰਦੇ ਪਏ ਸੀ ਕਿ ਤੁਸੀਂ ਗਲਤ ਬਣਾ ਰਹੇ ਜੀ, ਅਤੇ ਇਹੀ ਸ਼੍ਰੋਮਣੀ ਅਕਾਲੀ ਦਲ ਕਹਿ ਰਹੀ ਸੀ। ਜੇ ਅੱਜ ਤੁਸੀਂ ਮੰਨਦੇ ਪਏ ਜੀ, ਉਦੋਂ ਕਿਉਂ ਨਾ ਮੰਨਿਆ? ਉਹ ਠੀਕ ਹੈ, ਇੱਕ ਛੋਟਾ ਸਵਾਲ ਇਹਦੇ ਵਿੱਚ ਹੈ ਕਿ ਤੁਸੀਂ ਸੌਦਾ ਕਰਨ ਦੀ ਗੱਲ ਕੀਤੀ ਸੀ, ਜਾਂ ਜਿਵੇਂ ਹੁਣ ਕਿਸਾਨ ਜਥੇਬੰਦੀਆਂ ਦੇ ਕਹਿੰਦੇ ਕਿ ਰੱਦ ਕਰੋ ਸਿਰੇ ਤੋਂ, ਸਾਰੇ ਕਾਨੂੰਨ ਹੀ ਗਲਤ ਨੇ? ਉਸ ਵੇਲੇ ਤਾਂ ਕਿਸੇ ਨੇ ਰੱਦ ਦੀ ਗੱਲ ਨਹੀਂ ਕੀਤੀ ਸੀ ਨਾ, ਉਸ ਵੇਲੇ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਰੱਦ ਦੀ ਗੱਲ ਨਹੀਂ ਆ ਰਹੀ ਸੀ। ਉਸ ਵੇਲੇ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਵੀ ਇਹੀ ਗੱਲ ਸੀਗੀ ਕਿ ਆਹ ਚੀਜ਼ MSP ਜੋ ਵੀ ਉਹਨਾਂ ਦੇ ਖਦਸੇ ਸੀ, ਮੈਨੂੰ ਲੱਗਦਾ ਇੱਕ MSP ਦਾ ਸੀਗਾ, ਇੱਕ APMC ਦਾ ਸੀਗਾ, ਇਹ ਜ਼ਰੂਰ ਉਹਨਾਂ ਦੇ ਖਦਸੇ ਸੀਗੇ, ਲੇਕਿਨ ਰੱਦ ਦੀ ਗੱਲ ਤਾਂ ਕਦੀ ਉਹਨਾਂ ਵੱਲੋਂ ਵੀ ਨਹੀਂ ਆਈ ਸੀ। ਹੁਣ ਤੁਹਾਨੂੰ ਲੱਗਦਾ ਕਿ ਰੱਦ ਹੋਣੇ ਚਾਹੀਦੇ ਨੇ ਜੇ ਕਿਸਾਨ ਮੰਨ? ਉਹਦਾ ਕਾਰਨ ਆ, ਉਹ ਰੱਦ ਕਿਉਂ ਹੋਣੇ ਚਾਹੀਦੇ ਨੇ ਹੁਣ? ਕਿਉਂਕਿ ਜੇ ਤਾਂ ਸਰਕਾਰ ਉਦੋਂ ਸੋਧ ਕਰਦੀ, ਫਿਰ ਇਹ ਮਨ 'ਚ ਆ ਜਾਂਦਾ ਲੋਕਾਂ ਦੇ ਵੀ ਸਰਕਾਰ ਜਿਹੜੀ ਆ ਇਹ ਕਿਸਾਨ ਪੱਖੀ ਗੱਲ ਕਰਦੀ ਪਈ ਆ, ਅਤੇ ਇਹਦੀ ਗੱਲ ਬਿਲਕੁਲ ਠੀਕ ਆ। ਹੁਣ ਕਿਸਾਨਾਂ ਨੂੰ ਇੱਕ ਗੱਲ ਸਮਝ ਆ ਗਈ ਕਿ ਸਰਕਾਰ ਕਿਸਾਨ ਪੱਖੀ ਗੱਲ ਕਰਦੀ ਨਹੀਂ ਪਈ, ਸਰਕਾਰ ਤਾਂ ਪੂੰਜੀਪਤੀ ਪੱਖੀ ਗੱਲ ਕਰਦੀ ਪਈ ਆ। ਹੁਣ ਉਹ 1000 ਮਿਲੀਲੀਟਰ ਜ਼ਹਿਰ 'ਚੋਂ ਜੇ 950 ਮਿਲੀਲੀਟਰ ਜ਼ਹਿਰ ਕੱਢ ਵੀ ਲੈਂਦੇ ਨੇ, ਰਹੂਗਾ ਫਿਰ ਵੀ ਉਹ ਜ਼ਹਿਰ ਹੀ, ਭਾਵੇਂ 50 ਮਿਲੀਲੀਟਰ ਹੋਵੇ, ਭਾਵੇਂ 10 ਮਿਲੀਲੀਟਰ ਹੋਵੇ, ਸ਼ੀਸ਼ੀ ਵੀ ਕਿਉਂ ਦੇਣੀ ਜ਼ਹਿਰ ਦੀ? ਜੇ ਸਰਕਾਰ ਹੁਣ ਮਾਨ ਸਰਕਾਰ ਕਹਿੰਦੀ ਹੈ ਕਿ ਅਸੀਂ ਬੇਈਮਾਨ ਨਹੀਂ ਹੈਗੇ ਅਤੇ ਕਾਨੂੰਨ ਰੱਦ ਕਰਕੇ ਨਵੇਂ ਬਣਾਉਣ ਤੋਂ ਕਿਸਾਨ ਮਨਾ ਤਾਂ ਨਹੀਂ ਕਰ ਰਹੇ? ਕਿਸਾਨ ਜਥੇਬੰਦੀ ਇਹ ਤਾਂ ਨਹੀਂ ਕਹਿ ਰਹੇ ਕਿ ਕਾਨੂੰਨ ਨਾ ਬਣਾਓ, ਅੱਛੇ ਬਣਾਓ,
लेकिन किसानों नाल राय करके उन्हां दी राय मशवरा लैके उन्हां दे फायदे वाले कानून बनाओ ना कि उन्हां नुकसान वाले। लगता है कि हुण सुप्रीम कोर्ट च मसला चला गया है, सरकार दे नाल किसान राजी नहीं हो रहे गलबात करन दे लई, तां हुण इक सुप्रीम कोर्ट दे जरिए रस्ता कढ़िया जा रहा है कि किसी ना किसी संदरूलन ते काबू पाउण लई कोर्ट दा राह तैयार करके उन्हां नूं काबू कीता जाए। नहीं देखो, जिहड़ा केस पाया है वह तो कितना कितने इन्हां ने मिल के पाया है, ऐं तां नहीं किसी होर ने पाता केस, वरना तो यार राह चलते बंदे दा केस कौन सुनदा यार, ये मेरी गल दसो, ऐं तो कोई राह चलते बंदे रोज़ ही केस पाई जाते, कोई सुनता उन्होंने गल नूं, तो ये कितना कितने इन्होंने मिल के केस पाया, इन्होंने बंदे केस पाया और इन्हों का परपस यही आ भी किसी तरीके हुण साढ़े हथों गल निकल गई आ तो किसी तरीके कानून विच लिया के कानूनी गल का इल्जाम हुण पवाया जाए। लेकिन सुप्रीम कोर्ट ने जिहड़ी कल गल कही वो तो बड़ी अच्छी गल कही आ, उन्हें दोवे तिने गल्लां बड़ियां स्पष्ट किसानों के हक च कही। पहली गल किया किसान नूं अंदोलन करन दा हक आ, उन्होंने ये कहा भी जिहड़ियां सड़कां रोक रखियां उह गलत आ, पर यह तो सरकार ने कहा ना सड़कां किसान ने रोकिया ने, किसान ने तो कोई सड़क रोकी नहीं, और बन तो सरकार ने लाए ने, अपने बन हटा ले सड़क खुल जूगी, किन्ने मना किया, और क्या बीजेपी ने रामलीला मैदान च अंदोलन नहीं किया, जंतर मंत्र से बीजेपी ने कभी अंदोलन नहीं किया, तो फिर किसानों में जाके उत्थे अंदोलन करने का क्यों राइट नहीं है। अरे भी रोक तो तुम रखिया भी जंतर मंत्र ना पहुँचन, कही जाते जी किसानों ने, तो गल आ पेड़ नू पा लिया जफ्फा, मैनू पेड़ तो चढ़ाओ, मैनू पेड़ तो चढ़ाओ, मैनू पेड़ तो, भी पेड़ तुम्हें किमें छड्डूगा, यह दरख्त किमें छड्डूगा, जप्पा तो तू पाया, रोकया तो बीजेपी ने रस्ता, रोकया तो केंद्र की सरकार ने रस्ता, तो कही जाते किसानों ने। इस तरह सुप्रीम कोर्ट ने जो टिप्पणियां की वो बड़ी इंपोर्टेंट ने। दूजी गल उन्होंने कही आ कि किसानों का सरकार से विश्वास नहीं रहा, क्यों नहीं रहा, फिर ये दसन हूँ, ये तो नहीं ना कोई सरकार, ये तो पोलीटल पार्टी नहीं कह रही ना, ये तो सुप्रीम कोर्ट ने कहा कि तुम किसानों का विश्वास नहीं जित सके, ट्रस्ट डेफिशिट है ये अंदर। और तीजी गल सुप्रीम कोर्ट ने की किया कि सानू अश्योर करो, अटॉर्नी जनरल क्या कि सरकार तो पूछ के आके सानू दस कि जदों तक असीं इहदी सुनवाई कर रहे हैं उस दौरान कानून नू लागू ना करे सरकार, इस तो वड्डी गल हो सकती है, इहदा मतलब सुप्रीम कोर्ट ये मनता पिया है ना भी इन्हां च कमियां हैगियां ने, लागू नहीं होने चाहिए जो तां असीं ना देख लीए। सो ये सारियां चीज़ां जिहड़ियां सरकार के खिलाफ ने, वो गल वक्री कि सरकार अजे मनण नू तैयार नहीं। एक कमेटी की भी गल कही है कोर्ट ने, तुहानू लगदा कि कमेटी नाल इस तरह मसले का हल हो सकता है? देखो किसानों का इशू आ, मैं वो नहीं बोलता कुछ भी, वो हल हो सकता नहीं हो सकता, किसान जथेबंदियों ने फैसला लेना है, असी को गल कह दिए भाई कल अगले कहने ये कौन होंगे बोलने वाले, साढ़ा ये अधिकार बोलने का है नहीं। अच्छा केजरीवाल ने कल विधानसभा के परचे पढ़ने कानून नू लैके, तो एक सवाल यह भी आम आदमी पार्टी के कि तुम एक कानून का नोटिफाई करता उन्होंने लैके तुम की कहना चाहते? उस सवाल का जवाब तो तुम आप ही देता, बई गल सुनो जिहड़े कानून नू खुद ही लागू करता, कल मान लो जिहड़ा कृषि मंत्री आ वो लोग सभा के अंदर एक कानून नू पाड़ दे, फिर की हो जूगा, पढ़ जूगा भाई, जिन्होंने लागू ही इन्हें खुद करता 23 नवंबर 2020 इन्होंने लागू किया, जो नोटिफाई करते पे से उदन तो पाड़िया नहीं, उदन तो नोटिफाई करता, हूँ पाड़ के सुटता कागज, जो तुम नोटिफाई करता तो जो मर्जी पाड़ी चलो अंदर बह के, कानून क्यों नोटिफाई किया, कानून लागू क्यों किया? सो पहला 2017 की इलैक्शन का जो तुम इन्होंने मैनीफेस्टो पढ़ लो, उस खुद लिख के किया कि APMC मंडियां असं खत्म करा। असल च की हो गया, यह जरा TV चैनल की ताकत है ना, इन लोग मिसयूज़ कर लग पे ने, वो सोचते हैं कि यह पुराना ही शायद टाइम हैगा, असं इतने कुछ बोल देंगे, उत्ते कुछ बोल देंगे, उत्ते कुछ बोल देंगे, लोग देखने गए नहीं, लोगों ने यह भी पता है भी तुम APMC मंडियां बनाने की गल की, लोगों ने भी पता तुम कानून लागू किया, और लोगों ने भी पता कि हुण तुम नौटंकी कर रहे हो। एक मैं आखिरी सवाल पूछूंगा, सियासी जथेबंदियों स्पेस नहीं दे रहे किसान अपनी स्टेज के उत्ते, लगता है कि किसानों के भरोसा जोड़ा है सियासी लीडर ने अपना गवा दिता, भावें किसी भी पार्टी के नाल जुड़े हुए हो? नहीं देखो, मैं इन भरोसे नाल नहीं देखता, उन्होंने एक अंदोलन आ, कोई सियासी पार्टी जी होंगी ना, वो सियासी पार्टी उस एक जिस पोलीटिकल एफिलेशन नाल एक विचारधारा है, किसी की विचारधारा यह है कि असी सरकार के खिलाफ इस सीमा तक बदतमीजी नहीं बोलनी, अल्फाज माड़े नहीं बोलने, किसी की विचारधारा है कि असी इस गुट के नाल खड़े रहना। सो हर एक की अपनी एक विचारधारा होंगी है, किसानों ने एक बहुत बड़ा अंदोलन खड़ा किया जिन्हों पूरी दुनिया चो सहयोग मिले, पोलीटल पार्टियां भी सहयोग दे रही है, नहीं कि पोलीटल पार्टियों के लोग ने सारे जिन्हें खड़े ने आखिर किसी पार्टी ने जरूर जुड़े ने ABCD, लेकिन उन्होंने गल बिल्कुल ठीक आ, क्योंकि निरोल जो उन्होंने अपने एक किसानी एक अपना उन्होंने एक लड़ाई लड़ी आ, हुण उहदे अंदर आके एक पोलीटिकल पार्टी का कोई व्यू हो जाए, दूजे का कोई व्यू हो जाए, उहदे चलदे उन्हों का प्रोग्राम का नुकसान हो जाए, तो मैंने लगता कि उन्होंने कोई फैसला गलत नहीं है। 4-5 डिग्री तक तापमान पहुँच गया, कई बजुर्ग किसान जड़े ने उन्होंने मौतें भी हो रही ने, की कहना चाहोगे केंद्र की सरकार को कि अपनी अड़ियल रवैये छड़े तो किसानों के नाल गल करे तो इस मसले का हल करे? कई बार इंसान जित के हार जाता है तो कई बार हार के बंदा जितता है, ये लड़ाई वो आज सरकार जितना चाहती, सरकार को पहला हारना पेगा,
सरकार हार के तो लड़ाई जित सकती है, पर जित के सरकार कभी लड़ाई हार नहीं सकती, जित नहीं सकती, जित के नहीं, जित के जीती नहीं जा सकती। सो सरकार का ये जो अड़िया रवैया है, लोगों के ये जो संविधान दी पहलियां तीन लाइन ने, लोगों वालों, लोगों की ते लोगों लई, यार जिहड़ी सरकार ही लोगों लई आ, फिर लोगों की गल क्यों नहीं सुनती पई? हुण वो की करते हैं, पांच बंदे बिठा लेंदे ने अंदर, वह भी जिहड़े उन्हां दे कमरे च बैठ सकते होण, ये जी कानून बहुत अच्छा है, कानून बहुत अच्छा है, कानून बहुत अच्छा है, वो जिहड़े तुहानूं लोकां लखां लोगों की आवाज़ नहीं सुनती पई, इन्हां पंजां दी कीवें सुनी जांदी आ तुहानूं? वो कच्छ अंदर गए, वो बेचारे जिन्हां दी जमीनां अक्वायर कीतियां ने, जिन्हां दे उत्ते केस पाए, वो बेचारे नूं कोल बिठा लिया, लिया के वो बेचारे मजबूर ने की करनगे? हैं, ये कह रहे कानून अच्छे, ये कह रहे कानून अच्छे, तो ये कौन ने जिहड़े आ बैठे बंदे नहीं है, ये तुहानूं दिखते ही नहीं है? सो जदों सरकार की नौबत आ जाए ना, सरकार नूं इहो जिहा चश्मा लग जाए, उदों माड़ा ही हाल हुंदा है। एक छोटा जिहा जवाब, बीबी जगीर कौर ने कहा कि साडियां जथेबंदियां भेजियां होईयां जिहड़ी लड़ाई लड़ रहीयां ने, जथेबंदियां ने निखेधी भी कीती नहीं? वो देखो, उन्हां दी भावना गलत नहीं सी, उन्हां दे अल्फाज़ गलत हो सकते आ। देखो, इत्थे राजेवाल साहब परसों पचौत बोल रहे सी, मैं इत्थे लंगरां च खड़ा सीगा, उन्हां दी भावना गलत नहीं सी, उन्हां दे अल्फाज़ बड़े गलत बोलते, मैं बड़ा सुन के हैरान हो रहा सी उह किवें गल कही जा रहे हैं। कई बार इंसान की भावना गलत नहीं होंगी, बीबी जगीर कौर ने कभी यह नहीं कहा भी, उन्होंने कहा कि साड़ी, अज तुसीं इत्थे पुछो किन्ने लोग अकाली दल के खड़े ने, उन्होंने इस भावना ने गल कही सी। हाँ, उन्होंने गल कह का तरीका गलत हो सकता है, लेकिन आप इस वेले आप एक दूजे नुक्स कड़न बजाय सिर जोड़ के लड़िए, सिर तोड़ के ना लड़िए, अज आपको एकजुट होने की लड़ आ। अज तुम देखो, दिल्ली सिख गुरुद्वारा मैनेजमेंट कमेटी के सारे ग्रंथी साहबान, सारे रागी साहबान पहुंचे इतने सहयोग देने वास्ते। आप सहयोग को व्डा करिए, अपना दायरा होर व्डा करिए, ना कि छोटा करिए, बस मैं तो यही बेनती करता। बहुत बहुत धन्यवाद सिरसा जी। बहुत सन मनजिंदर सिंह सिरसा, जिन्हों का कहना है कि केंद्रीय खेतीबाड़ी मंत्री चिट्ठियां जरूर लिख रहे हैं किसानों नूं, पर किसानों की गल सुननी चाहिए है, लोगों की आवाज़ सब तो वड्डी हुंदी है, तो इत्थे वड्डी गिणती च लोग जुटे हुए ने, केंद्र सरकार नूं, प्रधानमंत्री नूं, किसानों की गल जिहड़ी है वो सुननी चाहिए है। खेतीबाड़ी मंत्री ने चिट्ठी लिखी है जी, किसान आगुआ के नाल असीं गल कर रहे हैं कि चिट्ठी के मायने की ने, जो दावे कर रहे हैं उन्होंने दावों के विच किन्ना क सच है। साडा परमिंदर सिंह जी ने बीके यू लखोवाल के आगू ने, परमिंदर जी सब तो पहले दसो कि खेतीबाड़ी मंत्री ने मुड़ तो चिट्ठी लिखी है, उस चिट्ठी के नवी गल है कोई? नवी कोई नहीं, पहला जब असं पहली बार मीटिंग गए हाँ, सानू भी लिटरेचर दिता सी उन्होंने भी ये लोगों के भले लई ने, जब असं टेबल पर बैठ के उन्होंने दसिया भी भले लई नहीं, ये तो सिर्फ कारपोरेट घराने के टेबलों पर ड्राफ्ट हो कानून ने जिहड़े सानू खत्म कर लई ने, फिर वो बेदलील होए ने उत्थे, बिल्कुल मन्ने भी ने, हुण दोबारा उन्हां दी फिर कोशिश आ भी जिहड़े होर लोग बहुत बड़ी तादाद च आ रहे ने, जिहड़े उरे पहुँच गए तां ठीक ने, जिहड़े होर बहुत बड़ी तादाद च आ ने, भी उन्हां नूं रोकिया जा सके जिहे जिहे भरम भुलेखे पा के। सो मैनूं नहीं लगता सरकार दा झूठ हुण चलूगा, 6-7 साल तो झूठ दी राजनीति करदी आ रही है सरकार दा, हुण अंत आ। अच्छा, मैं उन्होंने चिट्ठी के जो उन्होंने पॉइंट लिखे, मैं पॉइंटदार पॉइंट चाहूँगा कि तुम उन्होंने चीज़ों को थोड़ा जहा क्लैरीफाई कर दो कि असी की कह रहे थे, तो सरकार ए पी एम सी एम एस पी का सब तो पहले उन्होंने जिक्र किया भी किसानों से झूठ यह फैलाया जा रहा भी ए मंडियां खत्म हो जाएगियां तो एम एस पी भी खत्म हो जाएगी, वह सच दसो कि जिमें हूँ मंडिया वाली गल आ भी असं दो मंडियां थोड़ा डबल ऑफर दें, ये तो गल बड़ी साफ आ भी जी दो मंडियां देंदे ने सू प्राइवेट घराने मूहरे कर दें, दूजी तो हथ खिच लैणगे, जिमें हूँ बी एस एन एल थी पहला उन्होंने अपन डबल ऑप्शन जियो नाल दित्ती सी, माड़ जिहा बी एस एन एल तो हथ खिच लिया, जियो कित्थे फिरदा, बी एस एन एल खत्म हो गया। इस तरीके दे जिहड़ी सरकार दी नीत ते नीतियां च फर्क आ, झूठ बहुत ज़्यादा बोलदी आ। इस तरीके दे नाल जिवें प्राइवेट होस्पिटल दी उन्हां नाल होई आ, सरकारी होस्पिटल बिल्कुल खत्म करते हौली हौली करके, प्राइवेट स्कूलों ने सरकारी स्कूल खत्म करते, क्यों सरकार उधरों हथ खिची जाती आ, लोगों असल सरकार गमराह करती आ, सारा कुछ प्राइवेट घराने देना चाहती है। हुण तक आप देखा भी उन्होंने किन्ने इन्होंने कारोबार बेचते, रेलवे बेचती उन्होंने, एयरपोर्ट बेचते, तेल का तेल सैक्टर बेच, इस गलते भरोसा नहीं जो सरकार कहने कि असं एम एस पी बारे लिख के दे देंगे? सरकार एम एस पी बारे तो 23 फसलों एम एस पी आ, हूँ भी गल एम एस पी नहीं गल प्रक्योरमेंट की आ, एम एस पी तो 23 फसलों पर मिलती सूँ, सिर्फ 2 फसलों पर, वह भी 6-7% बंदियां जां थोड़े बहुते वाधे नूं मिलती होगी। सरकार हाँ सरकार की गलबात फर्क बहुत ज़्यादा आ, झूठ की राजनीति करती आ, इस करके कह रहे कि यह भी झूठा दावा है कि किसानों की जमीन खतरे के विच है, वो कहते हैं एग्रीमेंट के जिहड़ा ये फसलों के लिए होगा एग्रीमेंट, वो जमीन की सेल को लैके कोई जिक्र नहीं होगा, सिर्फ फसलों का एग्रीमेंट। देखो सरकार आ जिहड़ी हुण बिल्कुल पिछे हटूगी, पहला नहीं नीत यह सी भी जमीना तक दबण तक प्रोग्राम थी, हुण सरकार नूं इह लगदा हुण पिछे हट के असीं खेड़ा छड़ा लईए जिवें मर्जी आ, सरकार नूं इह महसूस हुंदा भी जिहड़ा कुछ असीं करना चाहुंदे उह लोकां ने होण नहीं देणा, जो सरकार जमीना वल दबण वल जांदी थी उहनां नूं इह साफ हो गया भी इह तां बहुत बड़ी गल्लबात आ,
ਵੀ ਸਾ ਜਿਹੜਾ ਸਰਕਾਰ ਬਹੁਤ ਭੁਲੇਖੇ ਜਿਹਦੀ ਸਾਡੇ 'ਚ ਬਹੁਤ ਬੜੀ ਪਾਵਰ ਆ। ਇੱਕ ਉਹ ਕਹਿ ਰਹੇ ਨੇ ਕਿ ਕਿਸਾਨਾਂ ਨੂੰ ਇਹ ਖਦਸ਼ਾ ਸੀਗਾ ਵੀ ਸਿਰਫ SDM ਤੱਕ ਮਸਲਾ ਜਾਊਗਾ, SDM ਦੇ ਉੱਪਰ ਕੋਈ ਗੱਲਬਾਤ ਨਹੀਂ। ਉਹ ਕਹਿੰਦੇ ਅਸੀਂ ਤਿਆਰ ਹਾਂ, ਤੁਸੀਂ ਕੋਰਟ 'ਚ ਵੀ ਜਾ ਸਕੋ। ਨਹੀਂ ਦੇਖੋ, ਜੇ ਸਰਕਾਰ ਫਿਰ ਇਹਨਾਂ ਨੇ ਪਹਿਲਾਂ ਹੀ ਕਿਉਂ ਨਾ ਸੋਚ ਸਮਝ ਕੇ ਕਾਨੂੰਨ ਬਣਾਏ। ਹੁਣ ਜਿਹੜੀ ਗੱਲ ਅਸੀਂ ਮੋਟੇ ਮੋਟੇ ਨੁਕਸ ਕੱਢਤੇ ਉਹ ਮੰਨਣ ਨੂੰ ਤਿਆਰ ਨੇ, ਜੇ ਬਰੀਕੀ 'ਚ ਇਹਨਾਂ ਨੂੰ ਦੇਖਾਂਗੇ। ਅਸੀਂ ਹੋਰ ਹੁਣ ਬਹੁਤ ਚੰਗੀ ਤਰ੍ਹਾਂ ਇਹਨਾਂ ਨੂੰ ਪੜ੍ਹਨ ਲੱਗੇ ਹੋਏ ਹਾਂ, ਅਨੈਲਿਸਿਸ ਚੰਗੇ ਵਕੀਲਾਂ ਤੋਂ ਕਰਾਉਣ ਲੱਗੇ ਹਾਂ, ਉਹ ਵੀ ਦੱਸ ਦਾਂਗੇ ਇਹਦੇ 'ਚ ਹੈ ਤਾਂ ਕੋਈ ਹੈ ਨਹੀਂ, ਸਾਰਾ ਕੋਈ ਕਾਰਪੋਰੇਟ ਕਹਿੰਦੇ ਕਿ ਕਾਨੂੰਨਾਂ 'ਚ ਕੁਝ ਨਹੀਂ ਹੈਗਾ, ਇਹ ਤਾਂ ਸਿਰਫ ਮੋਟੇ ਮੋਟੀਆਂ ਗੱਲਾਂ ਤੁਸੀਂ ਇਹ ਅਸੀਂ ਮੋਟੇ ਮੋਟੇ ਨੁਕਸ ਦੱਸੇ ਵੀ ਜਿਹੜੀ ਚੀਜ਼ ਹੋਣੀ ਇੰਨੀ ਖਰਾਬ ਆ, ਤੁਸੀਂ ਆਪਣੀ ਜਾਨ ਸਾਡੇ ਭਲੇ ਲਈ ਕੀਤੀ ਹੈ, ਕੋਈ ਗੱਲ ਚੱਜ ਦੀ ਤਾਂ ਹੈ ਨਹੀਂ, ਕੋਈ ਠੀਕ ਹੈ ਨਹੀਂ, ਸਭ ਸਾਡੇ ਉਲਟ ਨੇ। ਇਸ ਕਰਕੇ ਸਰਕਾਰ ਹੁਣ ਚਾਹੁੰਦੀ ਹੈ ਵੀ ਕਿਵੇਂ ਨਾ ਕਿਵੇਂ ਜਿਹੜਾ ਸਟੇਟ ਦੇ ਅਸਲ 'ਚ ਦਾਖਲ ਦਿੱਤਾ ਇਹਨਾਂ ਨੇ ਐਗਰੀਕਲਚਰ ਸੈਕਟਰ 'ਚ, ਇਹ ਸਟੇਟ ਦਾ ਮਸਲਾ ਦੀ ਉਹ ਚਾਹੁੰਦੀ ਹੈ ਵੀ ਅਸੀਂ ਇਹ ਤੋਂ ਪਿੱਛੇ ਨਾ ਹਟੀਏ ਸਟੇਟ ਦੇ, ਵੀ ਫਿਰ ਅੱਗੇ ਤੋਂ ਅਸੀਂ ਦਾਖਲ ਨਹੀਂ ਦੇ ਸਕਦੇ। ਉਹ ਜਿਵੇਂ ਹੁਣ GST ਲੈ ਕੇ ਸੇਲ ਟੈਕਸ ਵਾਲਾ ਉਹਨਾਂ ਨੇ ਆਪਣੇ ਕੋਲ ਲੈ ਲਿਆ, ਇਹ ਵੀ ਸਟੇ ਐਗਰੀਕਲਚਰ ਸੈਕਟਰ ਵੀ ਆਪਣੇ ਕੋਲ ਲੈਣਾ ਚਾਹੁੰਦੇ ਨੇ। ਅੱਛਾ, ਇੱਕ ਮੈਨੂੰ ਹੋਰ ਦੱਸੋ, ਇੱਕ ਉਹਦੇ ਵਿੱਚ ਪੁਆਇੰਟ ਸੀਗਾ ਵੀ ਵਾਰ ਵਾਰ ਕਿਸਾਨ ਜਥੇਬੰਦੀਆਂ ਨੇ ਕਿਹਾ ਵੀ ਕਿਸੇ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ ਜਦੋਂ ਕਾਨੂੰਨ ਬਣਾਉਣੇ ਸੀ, ਤਾਂ ਉਹਦੇ ਵਿੱਚ ਉਹ ਜਵਾਬ ਕਹਿ ਰਹੇ ਨੇ ਅਤੇ ਸੱਚ ਦੱਸ ਰਹੇ ਨੇ ਕਿ ਇਹਦਾ ਸੱਚ ਇਹ ਹੈ ਵੀ 2 ਦਹਾਕੇ ਤੱਕ ਇਸ ਕਾਨੂੰਨ 'ਤੇ ਵਿਚਾਰ ਚਰਚਾ ਹੋਈ ਹੈ। ਸਾਲ 2000 ਦੇ ਵਿੱਚ ਇੱਕ ਸ਼ੰਕਰ ਲਾਲ ਗੁਰੂ ਕਮੇਟੀ ਬਣੀ ਸੀਗੀ, ਉਸ ਤੋਂ ਬਾਅਦ 2007 ਦੇ ਵਿੱਚ APMC ਰੂਲ ਦੇ ਵਿੱਚ ਤਬਦੀਲੀ ਹੋਈ ਹੈ। ਇਸ ਤਰ੍ਹਾਂ ਦੇ ਤਮਾਮ ਉਹਨਾਂ ਨੇ ਉਦਾਹਰਨਾਂ ਦਿੱਤੀਆਂ ਹੋਈਆਂ ਵੀ ਸਾਲ 2000 ਤੋਂ ਜਿਹੜਾ ਹੈ ਇਹਨਾਂ ਕਾਨੂੰਨਾਂ 'ਤੇ ਚਰਚਾ ਹੋ ਰਹੀ। ਬਿਲਕੁਲ ਚੱਲਦੀ ਹੋਊ 2000 ਤੋਂ, ਕਾਂਗਰਸ ਨੂੰ ਕਿਹੜਾ ਅਸੀਂ ਬਹੁਤ ਚੰਗੀ ਕਹਿੰਦੇ ਹਾਂ, 73 ਸਾਲ ਤੋਂ ਜੱਟਾਂ ਨੂੰ ਲੁੱਟਣ ਲੱਗੇ ਨੇ ਰਲ ਕੇ ਸਾਰੀਆਂ। ਜੇ ਕਾਂਗਰਸ ਨੇ ਮਾੜਾ ਕੰਮ ਕੀਤਾ ਉਹਦੀ ਹਾਲਤ ਵੀ ਦੇਖ ਲਓ ਕੀ ਆ। ਅਸੀਂ ਤਾਂ ਮੋਦੀ ਨੂੰ ਇਸ ਕਰਕੇ ਲਿਆਂਦਾ ਸੀ ਵੀ ਸਾਡਾ ਭਲਾ ਕਰੂ, ਚੱਲ ਇਹ ਗਰੀਬੀ 'ਚ ਉੱਠ ਕੇ, ਜਿਵੇਂ ਕਹਿੰਦਾ ਮੈਂ ਚਾਹ ਬਣਾਉਣੇ ਵਾਲਾ ਸੀ, ਗਰੀਬੀ 'ਚ ਉੱਠ ਕੇ ਆਮ ਲੋਕਾਂ ਦੀ ਗੱਲ ਸੁਣੂਗਾ, ਪਰ ਇਹ ਵੀ ਉਦੋਂ ਵੀ ਇਹ ਤਾਂ ਤੇਜ਼ ਚੱਲਦਾ, ਇਹ ਆਮ ਲੋਕਾਂ ਨੂੰ ਮਾਰਨ 'ਤੇ ਹੋ ਗਿਆ। ਉਹ ਕਾਰਪੋਰੇਟ ਘਰਾਣੇ ਨੂੰ ਫਾਇਦਾ ਦਿੰਦਾ, ਜਿਹਨਾਂ ਕੋਲ ਪਹਿਲਾਂ ਹੀ ਅਰਬਾਂ ਖਰਬਾਂ ਰੁਪਈਆ ਕੋਈ ਹਿਸਾਬ ਕਿਤਾਬ ਨਹੀਂ, ਉਹਨਾਂ ਨੂੰ ਛੋਟਾ ਦਿੰਦਾ, ਚਾਹੀਦੀਆਂ ਤਾਂ ਛੋਟਾਂ ਗਰੀਬ ਆਦਮੀਆਂ ਨੂੰ ਨੇ, ਉਹਨਾਂ ਨੂੰ ਹੁਣ ਜਿਵੇਂ ਇਹ ਕਾਨੂੰਨਾਂ 'ਚ ਵੀ ਉਹਨਾਂ 8.5% ਦੀ ਛੋਟ ਦਿੱਤੀ ਹੋਈ ਆ, ਦੂਜਿਆਂ ਨੂੰ ਕੋਈ ਛੋਟ ਨਹੀਂ, ਸਾਰਾ ਫਾਇਦਾ ਹੀ ਉਹਨਾਂ ਨੂੰ ਦੇਣ ਲੱਗੇ ਨੇ। ਇੱਕ ਇਨਡਾਇਰੈਕਟ ਤਰੀਕੇ ਨਾਲ ਉਹਨਾਂ ਨੂੰ ਦੇਸ਼ ਲਟਾਉਣ ਲੱਗੇ ਹੋਏ ਨੇ, ਜਿਵੇਂ ਰਿਲਾਇੰਸ ਡਿਫੈਂਸ ਕੰਪਨੀ ਜਿਹੜੀ ਰਾਤੋਂ ਰਾਤ ਬਣ ਗਈ, ਉਹਨਾਂ ਨੂੰ ਰਾਤੋਂ ਰਾਤ ਟੈਂਡਰ ਮਿਲ ਗਿਆ। ਇਸ ਕਰਕੇ ਇੱਥੋਂ ਗੱਲ ਆਪਾਂ ਨੂੰ ਸਾਫ਼ ਦਿਖਦੀ ਆ ਵੀ ਸਰਕਾਰ ਦੀ ਜਿਹੜੀ ਨੀਤ ਆ ਉਹ ਅਸਲ 'ਚ ਉਹਨਾਂ ਨੂੰ ਲਟਾਉਣ ਦੀ ਆ, ਸਾਰਾ ਮੁਲਕ ਉਹਨਾਂ ਨੂੰ ਸੰਭਾਲਣ ਦੀ, ਜਿਹੜੀ ਆਰਥਿਕਤਾ ਉਹਨਾਂ ਗਿਣਵੇਂ ਬੰਦਿਆਂ ਕੋਲ। ਕੋਰਟ ਵਾਲਾ ਦੱਸੋ ਕਿ ਸੁਪਰੀਮ ਕੋਰਟ ਦੇ ਵਿੱਚ ਹੁਣ ਜਥੇਬੰਦੀਆਂ ਇੱਕ ਧਿਰ ਬਣ ਕੇ ਜਾਣਗੀਆਂ, ਜਾਂ ਤੁਹਾਨੂੰ ਲੱਗਦਾ ਕਿ ਜਥੇਬੰਦੀਆਂ ਕਦੇ ਕਾਨੂੰਨ ਦੇ ਖਿਲਾਫ ਸਿੱਧੀਆਂ ਕੋਰਟ 'ਚ ਨਹੀਂ ਗਈਆਂ, ਪਰ ਕਿਸੇ ਨਾ ਕਿਸੇ ਤਰੀਕੇ ਹੁਣ ਉਹਨਾਂ ਜਥੇਬੰਦੀਆਂ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸੁਪਰੀਮ ਕੋਰਟ ਦੇ ਰਾਹ ਦੇ ਜ਼ਰੀਏ ਘੇਰਿਆ ਜਾਵੇ? ਨਹੀਂ, ਮੈਨੂੰ ਨਹੀਂ ਲੱਗਦਾ ਵੀ ਇਹਦੇ 'ਚ ਵੀ ਕਾਮਯਾਬੀ ਮਿਲੂ ਸਰਕਾਰ ਨੂੰ, ਕਿਉਂ ਜਿਹੜਾ ਐਜੀਟੇਸ਼ਨ ਆ, ਅਸੀਂ ਆਪਣੇ ਹੱਕਾਂ ਲਈ ਲੜਦੇ ਹਾਂ, ਸੁਪਰੀਮ ਕੋਰਟ ਨੂੰ ਵੀ ਚਾਹੀਦਾ ਉਹ ਲੋਕਾਂ ਦੀ ਗੱਲ ਸੁਣੇ ਅਤੇ ਉਹਦੀਆਂ ਭਾਵਨਾਵਾਂ ਮੁਤਾਬਕ ਫੈਸਲੇ ਦੇਵੇ। ਠੀਕ ਹੈ। ਅੱਛਾ, ਮੈਨੂੰ ਇਹ ਦੱਸੋ ਕਿ ਕਹਿੰਦੇ ਹਾਲੇ ਸਿਰਫ ਰਾਜੇਵਾਲ ਜਥੇਬੰਦੀ ਨੂੰ ਕੋਰਟ ਦਾ ਇੱਕ ਨੋਟਿਸ ਆਇਆ, ਲੱਖੋਵਾਲ ਨੂੰ ਆਉਂਦਾ ਹੈ, ਤਾਂ ਤੁਸੀਂ ਧਿਰ ਬਣੋਗੇ? ਕਹਿੰਦੇ ਨੇ ਵੀ 8 ਜਥੇਬੰਦੀਆਂ ਨੂੰ ਆਇਆ, ਪਰ ਸਾਨੂੰ ਕੋਈ ਹਜੇ ਪਹੁੰਚਿਆ ਕੋਈ ਨਹੀਂ। ਹਾਂ, ਜਦ ਮਿਲੂਗਾ ਫਿਰ ਦੇਖਾਂਗੇ, ਉਦੋਂ ਬਾਅਦ ਵਿਚਾਰ ਕਰਾਂਗੇ। ਹਾਲ ਫਿਲਹਾਲ ਅੰਦੋਲਨ ਦੀ ਸਥਿਤੀ ਤੁਸੀਂ ਕੀ ਦੇਖ ਰਹੇ ਹੋ, ਕੇਂਦਰ ਸਰਕਾਰ 'ਤੇ ਕਿੰਨਾ ਕੁ ਦਬਾਅ ਹੈ? ਮੈਨੂੰ ਲੱਗਦਾ ਜਿਸ ਤਰੀਕੇ ਨਾਲ ਹੁਣ ਐਜੀਟੇਸ਼ਨ ਵੱਧ ਰਿਹਾ ਪੰਜਾਬ 'ਚ, ਤਾਂ ਪਹਿਲਾਂ ਹੀ ਬਹੁਤ ਬੜੇ ਤਰੀਕੇ ਨਾਲ ਐਜੀਟੇਸ਼ਨ ਚੱਲਦਾ, ਬਹੁਤ ਲੋਕ ਆ ਰਹੇ ਨੇ, UP 'ਚ ਵੀ ਬਹੁਤ ਬੜੇ ਜੋਸ਼ ਨਾਲ ਲੋਕ ਇਕੱਠੇ ਹੋ ਰਹੇ ਨੇ। ਕੱਲ੍ਹ ਖਾਪ ਪੰਚਾਇਤਾਂ ਦੀ ਉੱਥੇ ਮੀਟਿੰਗ ਸੀ ਗਾਜ਼ੀਪੁਰ ਬਾਰਡਰ 'ਤੇ, ਮੈਨੂੰ ਲੱਗਦਾ ਉੱਥੇ ਵੀ ਬਹੁਤ ਬੜਾ ਐਜੀਟੇਸ਼ਨ ਬਣ ਜਾਣਾ, ਬਹੁਤ ਬੜੀ ਤਬਦੀਲੀ ਆਊਗੀ ਇਸ ਐਜੀਟੇਸ਼ਨ ਨਾਲ। ਜਿਹੜੀਆਂ ਸਰਕਾਰਾਂ ਹੁਣ ਤੱਕ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ 'ਤੇ ਚੱਲਦੀਆਂ ਸੀ, ਹੁਣ ਉਹਨਾਂ ਨੂੰ ਮਜਬੂਰਨ ਆਮ ਲੋਕਾਂ ਦੀ ਗੱਲ ਸੁਣਨੀ ਪਊ ਜੇ ਕੁਰਸੀ 'ਤੇ ਟਿਕਣਾ। ਪੋਲੀਟੀਕਲ ਆਊਟਪੁੱਟ ਨਿਕਲ ਸਕਦੀ ਇਹਦੇ 'ਚੋਂ? ਪੋਲੀਟੀਕਲ ਆਊਟਪੁੱਟ ਤਾਂ ਚੱਲ ਅਸੀਂ ਕੱਢਣ ਦੇ ਮੂਡ 'ਚ ਹੈ ਨਹੀਂ, ਅਸੀਂ ਸਿਰਫ ਆਪਣੇ ਹੱਕ ਲੈਣ ਦੀ ਗੱਲਬਾਤ ਕਰਾਂਗੇ। ਪ੍ਰੈਸ਼ਰ ਇੰਨਾ ਬਣਾ ਕੇ ਰੱਖਾਂਗੇ ਵੀ ਸਰਕਾਰ ਕਿਸੇ ਵੀ ਗਰੀਬ ਨਾਲ, ਚਾਹੇ ਮੁਲਾਜ਼ਮ ਨਾਲ, ਚਾਹੇ ਮਜ਼ਦੂਰਾਂ ਨਾਲ, ਜਿੱਥੇ ਕਿਤੇ ਵੀ ਧੱਕਾ ਹੁੰਦਾ ਉਹ ਬਹੁਤ ਬੜਾ ਪ੍ਰੈਸ਼ਰ ਗਰੁੱਪ ਬਣ ਜੂਗਾ, ਬਹੁਤ ਬੜਾ ਪ੍ਰੈਸ਼ਰ। ਠੀਕ ਹੈ ਪਰਮਿੰਦਰ ਜੀ, ਬਹੁਤ ਬਹੁਤ ਧੰਨਵਾਦ। ਸੋ ਇਹ ਸਨ BKU ਲੱਖੋਵਾਲ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਪਾਲ, ਜਿਨ੍ਹਾਂ ਦਾ ਕਹਿਣਾ ਹੈ ਕਿ ਖੇਤੀਬਾੜੀ ਮੰਤਰੀ ਨੇ ਜਿਹੜੀ 8 ਪੰਨਿਆਂ ਦੀ ਚਿੱਠੀ ਲਿਖੀ ਹੈ, ਉਸ ਚਿੱਠੀ ਦੇ ਵਿੱਚ ਕੋਈ ਨਵੀਂ ਗੱਲ ਬਿਲਕੁਲ ਵੀ ਨਹੀਂ ਹੈ। ਜਿਹੜੇ ਉਹ ਝੂਠ ਅਤੇ ਸੱਚ ਦੇ ਦਾਅਵੇ ਕਰ ਰਹੇ ਨੇ, ਉਹ ਜਥੇਬੰਦੀਆਂ ਪਹਿਲਾਂ ਹੀ ਮੀਟਿੰਗ ਦੇ ਵਿੱਚ ਉਹਨਾਂ ਨੂੰ ਸਪਸ਼ਟ ਕਰ ਚੁੱਕੀਆਂ ਨੇ। ਸੋ ਗੱਲ ਸਿਰਫ ਇਹਨਾਂ ਪੁਆਇੰਟਾਂ ਦੀ ਨਹੀਂ ਹੈ ਜੋ ਖੇਤੀਬਾੜੀ ਮੰਤਰੀ ਨੇ ਆਪਣੀ ਚਿੱਠੀ 'ਚ ਲਿਖੇ ਨੇ, ਉਹਨਾਂ ਦਾ ਕਹਿਣਾ ਹੈ ਕਿ ਉਹ ਕਾਨੂੰਨ ਦੀ ਹਰ ਕਲੌਜ਼ ਦੇ ਵਿੱਚ ਵੀ ਸਰਕਾਰ ਨੂੰ ਸਥਿਤੀ ਸਪਸ਼ਟ ਕਰ ਸਕਦੇ ਨੇ ਕਿ ਜੋ ਤੁਸੀਂ ਕਾਨੂੰਨ ਬਣਾਏ ਨੇ ਉਹ ਕਿਸੇ ਵੀ ਤਰੀਕੇ ਦੇ ਨਾਲ ਕਿਸਾਨ ਦਾ ਫਾਇਦਾ ਜਿਹੜਾ ਹੈ ਉਹ ਨਹੀਂ ਕਰਦੇ। ਕਿਸਾਨ ਅੰਦੋਲਨ ਜਾਰੀ ਹੈ, ਇਸੇ ਵਿਚਾਲੇ ਕੇਂਦਰੀ ਖੇਤੀਬਾੜੀ ਮੰਤਰੀ ਨੇ ਇੱਕ ਚਿੱਠੀ ਲਿਖੀ ਹੈ ਕਿਸਾਨ ਆਗੂਆਂ ਨੇ, ਅਤੇ ਦੂਜੇ ਪਾਸੇ ਮਸਲਾ ਸੁਪਰੀਮ ਕੋਰਟ ਦੇ ਵਿੱਚ ਵੀ ਹੈ। ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਗੁਰਾਹਾਂ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਜੋਗਿੰਦਰ ਸਿੰਘ ਜੀ, ਸਭ ਤੋਂ ਪਹਿਲਾਂ ਮੈਂ ਚਿੱਠੀ ਦੀ ਗੱਲ ਕਰੂੰਗਾ। ਕੇਂਦਰ
जे किसानां दा दर्द है चलो असीं उहदी गल नहीं सुणदे, असीं लीडर हाँ, असीं कुछ होर कहिंदे होवांगे। जे साडियां भावनावां बुझणियां ने, लोकां दीआं भावनावां बुझणियां ने, आ टिकरी ते बैठे ने किड्डे ओह 16-17-20 किलोमीटर 22 किलोमीटर दा लम्मा काफला, आ के सुण ले उहनां दीआं भावनावां, इहनां दीआं भावनां सुण ले। नक्के मोड़न वाला किसानां दा मुंडा है, खेतीबाड़ी मंत्री है, उहनूं इत्थे आउण च की डर है? ਉਹ ਕਹਿੰਦੇ ਕਿਸਾਨਾਂ ਦੇ ਵਿੱਚ ਭਰਮ ਫੈਲਾ ਦਿੱਤਾ ਹੈ, ਇਹ ਭਰਮ ਫੈਲਾਇਆ ਹੈ ਜਿਹੜੇ ਲੋਕ ਸਿਆਸੀ ਹਿੱਤ ਸਾਧਣਾ ਚਾਹੁੰਦੇ ਨੇ ਆਪਣੇ। ਭਰਮ ਉਹਦੇ ਆਏ ਤੋਂ ਟੁੱਟੂ ਨਾ ਭਾਈ, ਭਰਮ ਜੇ ਤੋੜਨਾ ਉਹੀ ਤੋੜ ਸਕਦਾ ਭਰਮ, ਅਸੀਂ ਤਾਂ ਭਰਮ ਪਾਤਾ, ਤੂੰ ਤੋੜਨਾ ਇਹੀ ਕੰਮ ਹੁੰਦਾ। ਸਰਕਾਰ ਨੇ ਭਰਮ ਤੋੜਨਾ ਲੋਕਾਂ ਦਾ, ਭਰਮ ਤੋੜ ਜਾ ਸਟੇਜ ਅਤੇ ਆ ਕੇ ਬੋਲ ਦੇਵੇ, ਉੱਥੇ ਜਾ ਬਰਾਬਰ ਸਟੇਜ ਲਾ ਲਵੇ। APMC ਨੂੰ ਲੈ ਕੇ ਜਾਂ ਜਿੰਨੇ ਵੀ ਦਾਅਵੇ ਉੱਥੇ ਉਹਨਾਂ ਨੇ ਚਿੱਠੀ ਦੇ ਵਿੱਚ ਲਿਖਿਆ ਚੀਜ਼ਾਂ ਕਿ ਕਿਸਾਨਾਂ ਦੇ ਵਿੱਚ ਆਹ ਝੂਠ ਫੈਲਾਇਆ ਜਾ ਰਿਹਾ, ਇੱਕ ਉਹਨਾਂ ਨੇ ਦਾਅਵਾ ਕੀਤਾ ਕਿ ਕਿਸਾਨਾਂ ਨੂੰ ਇਹ ਸਿਖਾਇਆ ਜਾ ਰਿਹਾ ਕਿ ਇਹ ਮੰਡੀਆਂ ਖਤਮ ਹੋਣਗੀਆਂ APMC ਦੇ ਰਾਹੀਂ, MSP ਖਤਮ ਹੋ ਜਾਏਗੀ। ਉਹ ਕਹਿੰਦੇ MSP 'ਤੇ ਅਸੀਂ ਲਿਖਤੀ ਭਰੋਸਾ ਦੇਣ ਨੂੰ ਤਿਆਰ ਹਾਂ, ਮੰਡੀਆਂ ਖਤਮ ਨਹੀਂ ਹੋਣਗੀਆਂ ਇਹ ਵੀ ਅਸੀਂ ਭਰੋਸਾ ਦਿੰਦੇ ਹਾਂ। ਦੇਖੋ ਮੰਡੀਆਂ ਖਤਮ ਹੋਣਗੀਆਂ ਇਹ ਵੀ ਅਸੀਂ ਭਰੋਸਾ ਨਹੀਂ ਦਿੰਦੇ, ਪ੍ਰਾਈਵੇਟ ਖਰੀਦ ਹੋਊਗੀ, ਪ੍ਰਾਈਵੇਟ ਮਾਰਕੀਟਾਂ ਹੋਣਗੀਆਂ, ਇਹ ਖੁੱਲ੍ਹ ਕਿਉਂ ਦੇ ਰਹੇ ਨੇ? ਪ੍ਰਾਈਵੇਟ ਮੰਡੀਆਂ ਸਾਡੀ ਮੰਗ ਹੈ, ਸਰਕਾਰੀ ਮੰਡੀਆਂ ਨੂੰ ਫੇਲ ਕਰਨ ਵਾਸਤੇ। ਤੁਸੀਂ ਦੇਖੋ, ਤੁਸੀਂ ਪੰਜਾਬ ਦੇ ਰਹਿਣ ਵਾਲੇ ਹੋ, ਤੁਹਾਡੀ ਤਾਂ ਜੀ ਉਮਰ 30-35 ਸਾਲ ਹੀ ਹੈ, ਤੁਸੀਂ ਦੇਖੋ ਵੀ ਜਦੋਂ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਦੇ ਖਿਲਾਫ ਪ੍ਰਾਈਵੇਟ ਲਿਆਂਦੇ, ਸਰਕਾਰੀ ਸਕੂਲਾਂ ਦੇ ਖਿਲਾਫ ਪ੍ਰਾਈਵੇਟ ਸਕੂਲ ਲਿਆਂਦੇ ਅਤੇ ਸਰਕਾਰੀ ਸਕੂਲਾਂ ਦਾ ਨਾਸ਼ ਕਰਤਾ ਉਹਨਾਂ ਨੇ, ਇਹ ਪ੍ਰਾਈਵੇਟ ਮੰਡੀ ਲਿਆਂਦੀ ਕਾਹਤੋਂ ਹੈ? ਇਹਨੂੰ ਵਾਪਸ ਕਿਉਂ ਨਹੀਂ ਕਰਦੇ ਬਾਈ? ਤੁਸੀਂ ਜਿਹੜੀ ਹੁਣ ਮੰਡੀ ਦੀਆਂ ਕਿਹਦੀ ਮੰਗ ਸੀ? ਕਿਸੇ ਜਥੇਬੰਦੀ ਦੀ ਮੰਗ ਸੀ ਵੀ ਸਾਨੂੰ ਪ੍ਰਾਈਵੇਟ ਮੰਡੀ ਦਿਉ, ਸਾਡੀ ਮੰਡੀ ਠੀਕ ਨਹੀਂ? ਸਾਡੇ ਤਾਂ ਮੰਡੀਆਂ ਠੀਕ ਚੱਲ ਰਹੀਆਂ ਸੀ, ਕੁਝ ਮਾੜਾ ਮੋਟਾ ਫਰਕ ਤਰਕ ਪਾਉਣ ਵਾਲਾ ਸੀ। ਉਹੀ ਤਾਂ ਕਹਿ ਰਹੇ ਨੇ ਕਿ ਮੰਡੀਆਂ ਸਿਰਫ ਪੰਜਾਬ ਹਰਿਆਣੇ ਵਰਗੇ ਸੂਬਿਆਂ ਦੇ ਵਿੱਚ ਸੀਮਤ ਨੇ, ਮੰਡੀਆਂ ਵੱਧ ਤੋਂ ਵੱਧ ਮੰਡੀਆਂ ਇਹਨਾਂ ਸੂਬਿਆਂ ਵਿੱਚ ਹੀ ਨੇ। ਅਸੀਂ ਚਾਹੁੰਦੇ ਹਾਂ ਕਿ ਵੱਡੀ ਮੰਡੀ ਦਾ ਜਦੋਂ ਘੇਰਾ ਬਣਾਉਣਾ ਹੈ ਤਾਂ ਪ੍ਰਾਈਵੇਟ ਅਦਾਰੇ ਜਦੋਂ ਆਉਣਗੇ ਤਾਂ ਮੰਡੀਆਂ ਦਾ ਘੇਰਾ ਵੱਡਾ ਹੋਏਗਾ, ਜਿਹੜੇ ਬਾਕੀ ਦੇਸ਼ ਦੇ ਕਿਸਾਨ ਨੇ ਉਹ ਵੀ ਉਹਦੇ ਵਿੱਚ ਸ਼ਾਮਿਲ ਹੋ ਸਕਣ। ਉਹ ਕਿੱਥੇ ਆ ਘੇਰਾ ਵੱਡਾ? ਆਹ ਪਹਿਲਾਂ ਤੁਸੀਂ 2006 ਦੇ ਵਿੱਚ ਬਿਹਾਰ 'ਚ ਲਾਗੂ ਕੀਤੀ ਇਹ ਪੋਲਿਸੀ, ਕਿੱਧਰ ਗਿਆ ਬਿਹਾਰ ਦਾ ਝੋਨਾ? 900 ਨੂੰ ਆਉਂਦਾ, ਚੀਕਾਂ ਮਾਰਦੇ ਨੇ, 10-10 ਕਿੱਲੇ ਵਾਲੇ ਪੰਜਾਬ ਦੇ 2-2 ਕਿੱਲੇ ਵਾਲੇ ਕੋਲ ਦਿਹਾੜੀ ਕਰਦੇ ਨੇ। ਕਿਸੇ ਮਾਡਲ ਲਾਗੂ ਹੋਇਆ? ਅਮਰੀਕਾ ਦੇ ਕੈਨੇਡਾ ਦੇ ਵਿੱਚ ਇਹ ਮਾਡਲ ਫੇਲ ਹੋਇਆ, ਉੱਥੇ ਕਿੰਨਾ ਕਰਜ਼ਾ ਕਿਸਾਨਾਂ ਦਾ? ਸਿਰ ਅਮਰੀਕਾ ਦੇ ਕਿਸਾਨਾਂ ਸਿਰ ਕਿੰਨਾ ਕਰਜ਼ਾ? 2-2 ਹਜ਼ਾਰ, 3-3 ਹਜ਼ਾਰ ਏਕੜ ਦੇ ਮਾਲਕ ਨੇ, ਅਜੇ ਵੀ ਕਰਜ਼ੇ ਹੇਠ ਦੱਬੇ ਪਏ ਨੇ ਉਹ। ਤੁਸੀਂ ਕਹਿੰਦਾ ਕੀ ਕਰਦੇ ਹੋ? ਸਾਨੂੰ ਸਿਖਾਉਂਦੇ ਹੋ? ਇਹ ਸਾਰਾ ਕੁਝ ਪਤਾ ਇਹ ਤੋਮਰ ਸਾਹਿਬ, ਇਹਨਾਂ ਦੇ ਇਹ ਗੱਲਾਂ 'ਚ ਲੋਕ ਆਉਣ ਵਾਲੇ ਨੇ, ਲੋਕ ਸਾਰੇ ਜਾਣਦੇ ਨੇ, ਲੋਕਾਂ ਨੂੰ ਪਤਾ। ਜਿਹੜੇ ਬੁੱਧੀਜੀਵੀ ਨੇ ਪੰਜਾਬ ਦੇ ਬੋਲੇ, ਜਿਹੜੇ ਆਪਣੇ ਖੇਤੀਬਾੜੀ ਆਪਣੇ ਮਾਹਰ ਨੇ, ਉਹਨਾਂ ਨੂੰ ਸਾਰੀਆਂ ਗੱਲਾਂ ਦਾ ਪਤਾ। ਉਹ ਦੱਸ ਬੁੱਧੀਜੀਵੀਆਂ ਤੋਂ ਹੀ ਜ਼ਿਕਰ ਕੀਤਾ ਹੈ ਕਿ ਕਿਸਾਨ ਤੁਰੇ ਸੀ ਆਪਣੇ ਖੇਤੀ ਕਾਨੂੰਨਾਂ ਦੀ ਮੰਗ ਲੈ ਕੇ ਪੰਜਾਬ ਤੋਂ, ਦਿੱਲੀ ਪਹੁੰਚਦੇ ਹੈ ਤਾਂ ਮੰਗਾਂ ਦੇ ਵਿੱਚ ਇਹ ਵੀ ਸ਼ਾਮਿਲ ਹੋ ਜਾਂਦਾ ਹੈ। ਜਿਹੜੇ ਵੱਖ ਵੱਖ ਸਰਕਾਰ ਨੇ ਵੱਖ ਵੱਖ ਕਾਨੂੰਨਾਂ ਦੇ ਅਧੀਨ UAP ਦੇ ਅਧੀਨ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ, ਸਰਕਾਰ ਕਹਿੰਦੀ ਹੈ ਫਿਰ ਉਹਨਾਂ ਦੀ ਮੰਗ ਕਿੱਥੋਂ ਪੈਦਾ ਹੋ ਗਈ ਹੈ? ਸਾਨੂੰ ਕਿਹਨੇ ਦੱਸਿਆ ਬਈ ਆਹ ਕਾਨੂੰਨ ਮਾੜੇ ਨੇ? ਇਹ ਦੱਸਿਆ ਕਿਹਨੇ? ਸਾਨੂੰ ਡਾਕਟਰਾਂ ਨੇ ਦੱਸਿਆ, ਮਾਹਰਾਂ ਨੇ ਦੱਸਿਆ, ਬੁੱਧੀਜੀਵੀ ਨੇ ਦੱਸਿਆ? ਸਾਨੂੰ ਨਵੀਆਂ ਆਰਥਿਕ ਨੀਤੀਆਂ ਮਾੜੀਆਂ ਕਿਉਂ ਨੇ? ਸਾਨੂੰ ਕਿਹਨੇ ਦੱਸਿਆ? ਅਸੀਂ ਕਿਤੇ ਪੜ੍ਹੇ ਹੋਏ ਹਾਂ, ਅਸੀਂ ਜਾਣਦੇ ਹਾਂ। ਕਿਸਾਨਾਂ ਨੂੰ ਤਾਂ ਇਹ ਗੱਲ ਦੇ ਨਹੀਂ ਪਤਾ ਵੀ ਪ੍ਰਾਈਵੇਟ ਜਿਹੜੀ ਨਿੱਜੀਕਰਨ ਦੀ ਨੀਤੀ ਕੀ ਹੈ, ਨਿੱਜੀਕਰਨ ਦੀਆਂ ਨੀਤੀਆਂ ਕਿਹਨੇ, ਨਵੀਆਂ ਆਰਥਿਕ ਨੀਤੀਆਂ ਕਿਹਨੇ, ਵਿਸ਼ਵ ਭਰ ਸੰਸਥਾ ਕੀ ਹੈ, ਵਿਸ਼ਵ ਭਰ ਨਿੱਜੀਕਰਨ ਨਿਗਮੀਕਰਨ ਬਣਾ ਕੀ ਦੇਊਗਾ, ਸਾਡਾ ਰੁਜ਼ਗਾਰ ਕਿੱਧਰ ਗਿਆ, ਸਾਨੂੰ ਬਾਹਰ ਕਿਉਂ ਜਾਣਾ ਪੈਂਦਾ, ਸਾਡੇ ਸਰਕਾਰੀ ਸਕੂਲ ਫੇਲ ਕਿਉਂ ਹੋ ਗਏ, ਸਾਡੇ ਸਰਕਾਰੀ ਹਸਪਤਾਲ ਫੇਲ ਕਿਉਂ ਹੋ ਗਏ? ਇਹ ਤਾਂ ਸਾਨੂੰ ਸਮੇਂ ਤੋਂ ਪਹਿਲਾਂ ਦੱਸਤਾ ਸੀ ਉਹਨਾਂ ਨੇ, ਜਿਹੜੀਆਂ ਆਹ ਚੌੜੀਆਂ ਸੜਕਾਂ ਬਣਾਉਂਦੇ, ਜਿਹਦੇ 'ਚ ਪ੍ਰਚਾਰ ਸੀ ਵੀ ਆਹ ਸੜਕਾਂ ਚੌੜੀਆਂ ਬਣਾਤੀਆਂ, ਡਿਵੈਲਪਮੈਂਟ ਕਰਤੀ, ਜਿਹੜਾ ਡਿਵੈਲਪਮੈਂਟ ਦਾ ਨਾਂ ਹੈ, ਇਹ ਸਾਨੂੰ ਬੁੱਧੀਜੀਵੀਆਂ ਨੇ ਦੱਸਿਆ। ਤੁਸੀਂ ਸਾਡੇ ਗੀਤਕਾਰ ਆਉਂਦੇ ਨੇ, ਉਹਨਾਂ ਨੇ ਜਾ ਕੇ ਕੋਈ ਗੀਤ ਗਾਤਾ ਸਰਕਾਰ ਦੇ ਖਿਲਾਫ਼, ਚੱਕ ਕੇ ਸਰਕਾਰ ਨੇ ਐਂਟੀ ਨੈਸ਼ਨਲ ਐਕਟ ਲਾਤਾ ਉਹਦੇ 'ਤੇ, ਉਹਨੂੰ ਕਰਤਾ ਅੰਦਰ, ਉਹਦੇ ਖਿਲਾਫ਼ ਉਹਦੇ ਹੱਕ 'ਚ ਬੋਲੂਗਾ ਕੌਣ ਬਾਈ? ਅਸੀਂ ਬੋਲਾਂਗੇ ਜਿਹੜੇ ਸਾਡੇ ਹੱਕ 'ਚ ਲਿਖਦੇ ਨੇ, ਜਿਹੜੇ ਹੱਕ ਸਾਡੇ ਹੱਕ 'ਚ ਨਾਟਕ ਖੇਡਦੇ ਨੇ, ਜਿਹੜੇ ਸਾਡੇ ਹੱਕ 'ਚ ਬੋਲਦੇ ਨੇ, ਅਸੀਂ ਉਹਨਾਂ ਦੀ ਰਾਏ ਦੀ ਮੰਗ ਕਾਹਤੋਂ ਨਾ ਕਰੀਏ ਬਾਈ? ਅਸੀਂ ਬੁੱਧੀਜੀਵੀ ਪ੍ਰਾਈਵੇਟ ਮੰਡੀ ਦਾ ਮੈਂ ਸਵਾਲ ਕਰੂੰਗਾ। 2017 ਦੇ ਵਿੱਚ ਕੈਪਟਨ ਸਰਕਾਰ ਨੇ ਕਾਨੂੰਨ ਪਾਸ ਕਰਤਾ, ਪੰਜਾਬ 'ਚ ਪ੍ਰਾਈਵੇਟ ਮੰਡੀ ਸ਼ੁਰੂ ਹੋ ਗਈ, ਪ੍ਰਾਈਵੇਟ ਸਿਸਟਮ ਉੱਥੇ ਚੱਲ ਰਿਹਾ ਹੈ, ਪਰ ਜਦੋਂ ਕੇਂਦਰ ਦੀ ਸਰਕਾਰ ਪਾਸ ਕਰਦੇ, ਉਸ ਤੋਂ ਬਾਅਦ ਵੱਡੇ ਲੈਵਲ 'ਤੇ, ਦੋਨਾਂ ਦੇ ਵਿੱਚ ਫਰਕ ਸਮਝਾਓ ਕਿ ਦੋਵਾਂ ਚੀਜ਼ਾਂ ਦੇ ਵਿੱਚ ਕੀ ਅੰਤਰ? ਇੰਪਲੀਮੈਂਟ ਨਹੀਂ ਹੋਈ ਉੱਥੇ, ਲਾਤੀ ਉਹ ਇਸ ਕਰਕੇ ਕਿਉਂਕਿ ਜੇ ਕੋਈ ਅਮਲ 'ਚ ਲਿਆਂਦੀ ਚੀਜ਼ ਉਹ ਦਿਖੀ ਨਹੀਂ, ਅਮਲ 'ਚ ਨਹੀਂ ਲਿਖੀ, ਕਾਗਜ਼ਾਂ ਸੀ ਇਹ ਤਾਂ ਜਦੋਂ ਹੁਣ ਫਰੋਲਾ ਫਰਾਲੀ ਹੋਣ ਲੱਗੀ ਹੁਣ ਦਿਖਦੀ ਹੈ। ਐਂ ਤਾਂ ਅਕਾਲੀਆਂ ਨੇ 2017 'ਚ ਕੰਟੈਕਟ ਫਾਰਮਿੰਗ ਦਾ ਕਾਨੂੰਨ ਹੀ ਬਣਾਇਆ ਹੋਇਆ, ਉਹ ਹੁਣ ਪਤਾ ਲੱਗਦਾ ਕਿਉਂਕਿ ਇੰਪਲੀਮੈਂਟ ਨਹੀਂ ਹੋਈ, ਜਦੋਂ ਚੀਜ਼ ਕੋਈ ਫੀਲਡ 'ਚ ਨਹੀਂ ਆਈ ਤਾਂ ਨਹੀਂ ਦਿਖੀ, ਹੁਣ ਜਦੋਂ ਆਹ ਫਰੋਲਾ ਫਰਾਲੀ ਹੋਣੀ ਕਾਨੂੰਨਾਂ ਦੀ, ਉਹਦੇ ਪਿੱਛੋਂ ਇਹ ਗੱਲ ਆ ਗਈ ਵੀ ਯਾਰ ਇਹ ਤਾਂ ਬਹੁਤ ਖਤਰਨਾਕ ਹੈ, ਇਹ ਤਾਂ ਆਹ ਵੀ ਬਣਾਈ ਖੜੇ ਨੇ, ਇਸ ਕਰਕੇ ਹੁਣ ਤਾਂ ਉਹ ਵੀ ਸਵਾਲ ਉੱਠ ਖੜੇ, ਉਹ ਵੀ ਰੱਦ ਕਰੋ, ਉਹ ਵੀ ਰੱਦ ਕਰਾਉਣਾ। ਅੱਛਾ, ਇੱਕ ਮੈਨੂੰ ਸੁਪਰੀਮ ਕੋਰਟ ਵਾਲਾ ਦੱਸੋ ਕਿ ਸੁਪਰੀਮ ਕੋਰਟ 'ਚ ਮਸਲਾ ਇਹ ਪਹੁੰਚ ਚੁੱਕਿਆ, ਇੱਕ ਪਟੀਸ਼ਨ ਪੈ ਗਈ ਹੈ, ਕਿਸਾਨ ਜਥੇਬੰਦੀਆਂ ਨੂੰ ਨੋਟਿਸ ਵੀ ਆਉਣ ਲੱਗ ਪਏ ਨੇ, ਤੁਹਾਡੀ ਜਥੇਬੰਦੀ ਨੂੰ ਕੋਈ ਨੋਟਿਸ ਆਇਆ ਹਾਲੇ ਤੱਕ? ਨਹੀਂ, ਅਜੇ ਤੱਕ ਸਾਨੂੰ ਤਾਂ ਕੋਈ ਨੋਟਿਸ ਨਹੀਂ। ਜੇ ਨੋਟਿਸ ਆਉਂਦਾ ਤੁਸੀਂ ਜਾਓਗੇ? ਕਾਹਦਾ ਨੋਟਿਸ? ਸੁਪਰੀਮ ਕੋਰਟ ਬੁਲਾਉਂਦਾ ਇੱਕ ਧਿਰ ਦੇ ਤੌਰ ਦੇ ਉੱਤੇ ਕਿ ਤੁਸੀਂ ਆਓ, ਜੋ ਤੁਸੀਂ ਪਲਾਟ ਬਲੋਕ ਕੀਤੇ ਹੋਏ ਆ ਅਤੇ ਤੁਸੀਂ ਆ ਕੇ ਗੱਲ ਕਰੋ, ਤਾਂ ਤੁਸੀਂ ਜਾਓਗੇ? ਦੇਖਾਂਗੇ ਜਦੋਂ ਆਊਗਾ ਤਾਂ ਵਿਚਾਰ ਲਾਂਗੇ।
ਕਹਿ ਉਹਨਾਂ ਦਾ ਕਹਿਣ ਦਾ ਜੇ ਉਹਨਾਂ ਨੇ ਹਰ ਇੱਕ ਵਰਤਣਾ ਕੋਰਟ ਵਿੱਚ ਦੀ ਵੀ ਜਾਣਾ, ਬੰਦੇ ਵੀ ਸਿੱਟਣੇ ਨੇ, ਡਰਾਉਣਾ ਵੀ ਹੈ, ਬਦਨਾਮ ਵੀ ਕਰਨਾ, ਪੈਰਲ ਪ੍ਰਚਾਰ ਵੀ ਕਰਨਾ, ਇਹ ਹੱਥਕੰਡੇ ਨੇ ਸਰਕਾਰ ਦੇ, ਉਹ ਤਾਂ ਵਰਤੂਗੀ ਜਿੱਥੇ ਤੱਕ ਇਹ ਵਰਤੂ। ਤੁਹਾਡੀ ਜਥੇਬੰਦੀ ਕੋਰਟ 'ਤੇ ਭਰੋਸਾ ਰੱਖਦੀ ਹੈ, ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਅਸੀਂ ਦੇਖਿਆ ਕਿ ਸੁਪਰੀਮ ਕੋਰਟ ਨੇ ਜਿੰਨੇ ਕੁ ਫੈਸਲੇ ਦਿੱਤੇ ਨੇ, ਬਹੁਤ ਸਾਰੇ ਫੈਸਲਿਆਂ 'ਤੇ ਲੋਕਾਂ ਨੇ ਸਵਾਲ ਚੁੱਕੇ ਨੇ ਕਿ ਉਹ ਨਿਰਪੱਖ ਨਹੀਂ ਸੀ ਫੈਸਲੇ। ਕੀ BKU ਏਕਤਾ ਉਗਰਾਹਾਂ ਭਰੋਸਾ ਕਰਦੀ ਹੈ ਕਿ ਜੇ ਕੱਲ੍ਹ ਨੂੰ ਮਸਲਾ ਕੋਰਟ 'ਚ ਗਿਆ ਤਾਂ ਸਾਡੇ ਹੱਕ ਦੇ ਵਿੱਚ ਸਾਡੀ ਆਵਾਜ਼ ਸੁਣੀ ਜਾਏਗੀ ਨਿਰਪੱਖ ਤਰੀਕੇ ਦੇ ਨਾਲ? ਹੁਣ ਆਪਾਂ ਸੰਵਿਧਾਨ ਦੇ ਵਿੱਚ ਰਹਿ ਕੇ ਆਪਾਂ ਕਿਵੇਂ ਕਹਿ ਸਕਦੇ ਵੀ ਕੋਰਟ 'ਤੇ ਨਹੀਂ ਭਰੋਸਾ ਕਰਨਾ ਚਾਹੀਦਾ? ਮਾਣਯੋਗ ਆ, ਸਾਡੇ ਸਤਿਕਾਰ ਯੋਗ ਆ, ਅਸੀਂ ਵਿਚਾਰਾਂਗੇ। ਅਜੇ ਆਪਾਂ ਇਹ ਨਹੀਂ ਕਹਿ ਸਕਦੇ ਸਾਨੂੰ ਕੋਰਟਾਂ 'ਤੇ ਨਹੀਂ ਭਰੋਸਾ। ਜਿਹੜਾ ਕਮੇਟੀ ਵਾਲਾ ਸੁਝਾਅ ਹੈ, ਕਮੇਟੀ ਦਾ ਇੱਕ ਸੁਝਾਅ ਤਾਂ ਪਹਿਲੇ ਉਹ ਤਾਂ ਸੁਝਾਅ ਹੈ, ਉਹਨਾਂ ਦਾ ਇੱਕ ਸਲਾਹ ਹੈ। ਅਸੀਂ ਤਾਂ ਉਹਨਾਂ ਨੂੰ ਨਹੀਂ ਪਤਾ ਇਹ ਗੱਲ ਦਾ ਵੀ ਕਮੇਟੀ ਵਾਲੀ ਗੱਲ ਤਾਂ ਪਹਿਲੇ ਤੋਂ ਉਮਰ ਦੇ ਨਾਲ ਬੈਠ ਕੇ ਰੱਦ ਹੋ ਗਈ, ਉਹਨਾਂ ਨੇ ਵੀ ਰੱਦ ਕਰਤੀ, ਅਸੀਂ ਵੀ ਰੱਦ ਕਰਤੀ। ਕਮੇਟੀ ਦਾ ਮਸਲਾ ਨਹੀਂ ਕੋਈ ਬਣਦਾ, ਕਿਉਂਕਿ ਕਮੇਟੀ ਕੋਲ ਹੱਲ ਨਹੀਂ ਹੈ, ਕੋਰਟ ਨੂੰ ਨਹੀਂ ਇਹਨਾਂ ਗੱਲਾਂ ਦਾ ਪਤਾ ਹੋਣਾ, ਉਹਨਾਂ ਨੇ ਕਿਹੜਾ ਦੱਸਿਆ ਇਹਦਾ ਨਹੀਂ। ਠੀਕ ਹੈ ਸਰ, ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜਿਨ੍ਹਾਂ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰੀ ਖੇਤੀਬਾੜੀ ਦੀ ਮੰਤਰੀ ਦੀ ਜੋ ਚਿੱਠੀ ਆ ਉਸ ਨੂੰ ਲੈ ਕੇ ਸਥਿਤੀ ਸਪਸ਼ਟ ਕੀਤੀ ਹੈ ਕਿ ਉਹੀ ਗੱਲਾਂ ਨੇ ਜੋ ਪਹਿਲਾਂ ਦੁਹਰਾਈਆਂ ਸੀ ਚਿੱਠੀ ਦੇ ਵਿੱਚ, ਜੋ ਉਹਨਾਂ ਨੇ ਵਿਚਾਰਾਂ ਕੀਤੀਆਂ ਸੀ ਮੀਟਿੰਗ ਦੇ ਵਿੱਚ। ਪਰ ਇਹ ਸਥਿਤੀ ਸਪਸ਼ਟ ਹੈ ਕਿ ਇਹ ਕਾਨੂੰਨ ਜਿਹੜੇ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਖੇਤੀ ਵਿਰੋਧੀ ਨੇ, ਅਤੇ ਇਹਨਾਂ ਨੂੰ ਰੱਦ ਕੀਤੇ ਬਗੈਰ ਜਿਹੜਾ ਹੈ ਹੋਰ ਕੋਈ ਰਾਹ ਜਿਹੜਾ ਇਸ ਪੂਰੇ ਮਸਲੇ 'ਚ ਨਹੀਂ ਨਿਕਲ ਸਕਦਾ।